ਸਵਾਗਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਗੱਲਾਂ ਤੇ ਗੀਤ ਮੈਂ ਹਾਂ ਸ਼ੁਕਰਗੁਜ਼ਾਰ ਸਿੰਘ ਦੋਸਤੋ ਕਹਿੰਦੇ ਨੇ ਕਿ Swami Vivekananda ਜੀ ਇੱਕ ਵਾਰੀ ਕਿਸੇ ਸਕੂਲ ਦੇ ਵਿੱਚ ਕੋਈ ਲੈਕਚਰ ਦੇਣ ਗਏ ਸਨ ਤਾਂ ਉੱਥੋਂ ਦੇ ਸਟਾਫ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਸ ਵਿਸ਼ੇ ਦੇ ਉੱਤੇ ਲੈਕਚਰ ਦਿਓਗੇ ਮੈਥ ਦੇ ਉੱਤੇ ਦਿਓਗੇ ਫਿਜ਼ਿਕਸ ਦੇ ਉੱਤੇ ਦਿਓਗੇ ਸਾਇੰਸ ਦੇ ਕਿਸੇ ਹੋਰ ਸਬਜੈਕਟ ਦੇ ਉੱਤੇ ਲੈਕਚਰ ਦਿਓਗੇ ਤਾਂ Swami Vivekananda ਜੀ ਨੇ ਕਿਹਾ ਸੀ ਕਿ ਕੀ ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਨਹੀਂ ਪੜਾਇਆ ਜਾਂਦਾ ਮੈਂ ਤਾਂ ਉਸ ਵਿਸ਼ੇ ਦੇ ਉੱਤੇ ਅੱਜ ਲੈਕਚਰ ਦੇਣ ਆਇਆ ਹਾਂ ਤੇ ਉਸ ਸਮੇ ਉਸ ਹਾਲ ਦੇ ਵਿੱਚ ਇੱਕਦਮ ਸੁੰਨਸਾਨ ਹੋ ਗਏ ਤਾਂ ਫਿਰ ਸਵਾਮੀ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਇਹ ਨੈਤਿਕ ਕਦਰਾਂ ਕੀਮਤਾਂ ਹੀ ਹਨ ਜੋ ਸਾਡੇ ਬਚਪਨ ਨੂੰ ਜਵਾਨ ਬਣਾਉਂਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਬੁਢਾਪੇ ਤੱਕ ਦਾ ਸਫ਼ਰ ਬਹੁਤ ਵਧੀਆ ਨਿਕਲਦਾ ਹੈ। ਵਾਕਈ ਦੋਸਤੋ ਜ਼ਿੰਦਗੀ ਦੇ ਵਿੱਚ ਤਿੰਨ ਪੜਾਅ ਨੇ ਬਚਪਨ, ਜਵਾਨੀ, ਬੁਢਾਪਾ ਜੇ ਬਚਪਨ ਚੰਗਾ ਹੋਵੇਗਾ ਤਾਂ ਜਵਾਨੀ ਆਪੇ ਹੀ ਵਧੀਆ ਰਾਹ ਦੇ ਉੱਤੇ ਚੱਲਦੀ ਹੋਈ ਬੁਢਾਪੇ ਨੂੰ ਸੁਖ ਦੇਵੇਗੀ। ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੈ। ਬੱਚਿਆਂ ਦੇ ਵਿੱਚ ਨੈਤਿਕ ਕਦਰਾਂ ਦਾ ਕਿਵੇਂ ਸੰਚਾਰ ਹੋਣਾ ਚਾਹੀਦਾ ਹੈ? ਕੀ ਕੀ ਕਾਰਨ ਹੈ ਕਿ ਇਹ ਸੰਚਾਰ ਨਹੀਂ ਹੋ ਰਿਹਾ? ਕੀ ਕੀ ਕਾਰਨ ਹੈ ਕਿ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਸਹੀ ਢੰਗ ਦਾ ਨਹੀਂ ਪਤਾ ਲੱਗ ਰਿਹਾ? ਬੱਚਿਆਂ ਨੂੰ ਦੱਸਾਂਗੇ, ਜਵਾਨੀ ਵਧੀਆ ਹੋਏਗੀ, ਜਵਾਨੀ ਜੇ ਤੋਂ ਵਧੀਆ ਹੋਏਗੀ ਤਾਂ ਬੁੜਾਪਾ ਆਪੇ ਹੀ ਸੁਖਨ ਭਰਪੂਰ ਹੋ ਜਾਵੇਗਾ। ਅੱਜ ਅਸੀਂ ਆਪਣੇ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਵੀ ਇਹੀ ਵਿਸ਼ਾ ਲੈ ਕੇ ਆਏ ਹਾਂ ਕਿ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਿਵੇਂ ਕਰੀਏ ਮੇਰੇ ਨਾਲ ਸਟੂਡੀਓ ਵਿੱਚ ਨੇ ਸ਼੍ਰੀ ਬਲਜਿੰਦਰ ਮਾਨ ਜੀ ਜੋ ਕਿ ਸ਼੍ਰੋਮਣੀ ਬਾਲ ਸਾਹਿਤਕਾਰ ਨੇ ਬਹੁਤ ਬਹੁਤ ਸਵਾਗਤ ਸਰ ਜਪਰੂਜਾਰ ਸਿੰਘ ਜੀ ਸਭ ਤੋਂ ਪਹਿਲਾਂ ਦੂਰਦਰਸ਼ਨ ਦਾ ਬਹੁਤ ਬਹੁਤ ਧੰਨਵਾਦ ਜਦੋਂ ਤੁਸੀਂ ਗੱਲਬਾਤ ਕਰਦੇ ਆ ਬਹੁਤ ਅਹਿਮ ਵਿਸ਼ਿਆਂ ਤੇ ਗੱਲ ਹੁੰਦੀ ਹੈ ਤੇ ਅੱਜ ਵੀ ਤੁਸੀਂ ਖਾਸ ਤੌਰ ਤੇ ਜਿਹੜਾ ਵਿਸ਼ਾ ਚੁਣਿਆ ਜੀ ਮੇਰੇ ਖਿਆਲ ਮੁਤਾਬਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਔਰ ਜੇ ਅਸੀਂ ਸੱਭਿਆਚਾਰਕ ਤੌਰ ਤੇ ਸਾਹਿਤਿਕ ਤੌਰ ਤੇ ਸਮਾਜਿਕ ਤੌਰ ਤੇ ਕੁਝ ਚੰਗੇ ਆ ਜੀ ਜੀ ਪੰਜਾਬੀ ਲੋਕ ਤੇ ਉਹ ਦੂਰਦਰਸ਼ਨ ਕਰਕੇ ਆ। ਜੀ ਬਿਲਕੁਲ ਜੀ ਦੂਰਦਰਸ਼ਨ ਦਾ ਵੀ ਦੋਸਤੋ ਹਮੇਸ਼ਾ ਇਹੀ ਮੰਤਵ ਰਿਹਾ ਹੈ ਕਿ ਅਸੀਂ ਜਿੱਥੇ ਮਨੋਰੰਜਨ ਦੀ ਗੱਲ ਕਰੀਏ ਉੱਥੇ ਨਾਲ ਦੇ ਨਾਲ ਜਾਣਕਾਰੀ ਭਰਪੂਰ ਗੱਲਾਂ ਵੀ ਹੋਣ ਜਿਸ ਵਿੱਚ ਗਿਆਨ ਚ ਵਾਧਾ ਹੋਵੇ ਤੇ ਕਈ ਵਾਰੀ ਗੱਲਾਂ ਕਰਦਿਆਂ ਕਰਦਿਆਂ ਕੁਝ ਐਸੇ ਵਿਸ਼ੇ ਸਾਹਮਣੇ ਆ ਜਾਂਦੇ ਨੇ ਕਿ ਉਹ ਵਿਸ਼ੇ ਅਸੀਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲੈ ਕੇ ਆਉਂਦੇ ਹਾਂ ਤਾਂ ਜੋ ਇੱਕ ਸਾਰਥਕ ਸਮਾਜ ਸੁਚਾਰੂ ਸਮਾਜ ਬਣਾਇਆ ਜਾ ਸਕੇ। ਇਹ ਇਹ ਮਾਨ ਸਾਹਿਬ ਅੱਜ ਦਾ ਵਿਸ਼ਾ ਹੈ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਿਵੇਂ ਕੀਤਾ ਜਾਵੇ। ਜੀ ਇਹ ਵਿਸ਼ਾ ਅਸੀਂ ਬੱਚਿਆਂ ਨੂੰ ਬਹੁਤ ਪਿਆਰ ਦਿੰਨੇ ਹਾਂ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਅਸੀਂ ਹਰ ਤਰ੍ਹਾਂ ਦੀ ਫੈਸਿਲਿਟੀ ਦੇ ਸਕੀਏ ਮਾਪੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਇਸ ਵੇਲੇ ਉਹਨਾਂ ਦੇ ਜੀਵਨ ਤੱਕ ਹਰ ਉਹਨਾਂ ਦੇ ਸਟੈਪ ਤੇ ਬਹੁਤ ਚਿੰਤਤ ਨੇ ਪਰ ਸ਼ਾਇਦ ਨੈਤਿਕ ਕਦਰਾਂ ਕੀਮਤਾਂ ਨੂੰ ਲੈ ਕੇ ਇਹ ਵਿਸ਼ਾ ਹੈ ਨਾ ਇੱਕ ਸਾਈਡ ਤੇ ਰਹਿ ਜਾਂਦਾ ਹੈ ਅਸੀਂ ਕਹਿ ਤੈ ਦਿੰਨੇ ਹਾਂ ਬੱਚਿਆਂ ਨੂੰ ਵਧੀਆ ਕਪੜਾ ਦੇ ਦਈਏ ਬੱਚਿਆਂ ਨੂੰ ਮਹਿੰਗੇ ਸਕੂਲ ਦੇ ਵਿੱਚ ਪੜ੍ਹਾ ਲਈਏ ਬੱਚਾ ਵਧੀਆ ਇਹ ਹੋਟਲ ਦੇ ਵਿੱਚ ਖਾਣਾ ਖਾਵੇ ਬੱਚਾ ਵਧੀਆ ਸੰਗਤ ਦੇ ਵਿੱਚ ਰਵੇ ਪਰ ਸ਼ਾਇਦ ਇਹ ਫੋਕੀ ਸ਼ੌਹਰਤ ਦੇਣ ਦੀ ਜਗ੍ਹਾ ਤੇ ਅਸੀਂ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਉਹਲੇ ਕਰ ਦਿੰਨੇ ਹਾਂ ਇਹ ਵਿਸ਼ਾ ਕਿੰਨਾ ਕੁ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਸ਼ੁਕਰਗੁਜ਼ਾਰ ਸਿੰਘ ਜੀ ਇਹ ਜਿਹੜੀ ਇਸ ਵਿਸ਼ੇ ਦੀ ਮਹੱਤਤਾ ਆ ਜੀ ਉਹਨੂੰ ਅਸੀਂ ਕਿਸੇ ਤਰ੍ਹਾਂ ਵੀ ਗਿਣਤੀ ਮਣਤੀ ਚ ਨਹੀਂ ਲਿਆ ਸਕਦੇ ਜੀ ਕਿਉਂਕਿ ਕੁਦਰਤ ਦੀ ਸਭ ਤੋਂ ਵੱਡੀ ਦਾਤ ਤੇ ਮਾਪਿਆਂ ਲਈ ਸਭ ਤੋਂ ਵੱਡੀ ਸੁਗਾਤ ਇੱਕ ਬੱਚਾ ਆ ਬਿਲਕੁਲ ਤੇ ਉਸ ਬੱਚੇ ਦੇ ਰਾਹੀ ਇਸ ਮਨੁੱਖ ਨੇ ਅੱਗੇ ਜੀਣਾ ਆ ਅੱਗੇ ਵਧਣਾ ਆ ਬਿਲਕੁਲ ਤੇ ਜੇ ਉਹ ਬੱਚਾ ਇੱਕ ਪੂਰਨ ਮਨੁੱਖ ਇੱਕ ਪੂਰਨ ਇਨਸਾਨ ਨਹੀਂ ਬਣਦਾ ਤਾਂ ਉਹ ਮਾਪੇ ਵੀ ਅਧਿਆਪਕ ਵੀ ਸਮਾਜ ਵੀ ਉੱਥੇ ਫੇਲ ਹੋ ਜਾਂਦਾ ਬਿਲਕੁਲ ਅੱਜ ਜੋ ਸਮਾਜਿਕ ਵਰਤਾਰਾ ਵਰਤ ਰਿਹਾ ਉਸ ਨੂੰ ਮੱਧੇ ਨਜ਼ਰ ਰੱਖ ਕੇ ਸੋਚੀਏ ਤਾਂ ਉਹਦਾ ਮੁੱਖ ਕਾਰਨ ਕੀ ਹੈ ਕਿ ਅਸੀਂ ਨੈਤਿਕ ਤੌਰ ਤੇ ਗਿਰ ਚੁੱਕੇ ਹਾਂ ਖਤਮ ਹੋ ਚੁੱਕੇ ਹਾਂ ਕਿਸੇ ਵੀ ਪੱਧਰ ਤੇ ਕਿਸੇ ਵੀ ਖੇਤਰ ਚ ਕਿਸੇ ਵੀ ਫੀਲਡ ਦੇ ਵਿੱਚ ਜਿਹੜਾ ਵੀ ਬੰਦਾ ਜਿੱਥੇ ਵੀ ਬੈਠਾ ਆ ਜੀ ਉਹ ਨੈਤਿਕਤਾ ਤੋਂ ਦੂਰ ਆ ਬਿਲਕੁਲ ਹੁਣ ਅਸੀਂ ਵੱਡਿਆਂ ਨੂੰ ਕਿਉਂਕਿ ਉਹ ਸਮਝਦਾਰ ਨਹੀਂ ਸਮਝਾ ਸਕਦੇ ਲੇਕਿਨ ਬੱਚਿਆਂ ਨੂੰ ਅਸੀਂ ਸਮਝਾ ਸਕਦੇ ਹਾਂ ਜਿਵੇਂ ਕਿ ਅਸੀਂ ਸਮਝਦੇ ਹਾਂ ਕਿ ਉਹ ਬੱਚੇ ਕੱਚੀ ਮਿੱਟੀ ਆ ਉਹਦਾ ਅਸੀਂ ਆਪਣੇ ਮੁਤਾਬਕ ਆਪਣੀ ਲੋੜ ਦੇ ਮੁਤਾਬਕ ਉਹਦੀ ਸ਼ਕਲ ਸੂਰਤ ਬਣਾ ਸਕਦੇ ਹਾਂ ਸਿਰਜ ਸਕਦੇ ਹਾਂ ਬਿਲਕੁਲ ਹੁਣ ਜਿਹੜੀ ਇਹਦੀ ਮਹੱਤਤਾ ਨੂੰ ਮੱਦੇ ਨਜ਼ਰ ਰੱਖਦੇ ਹਾਂ ਹਰ ਮਾਪੇ ਦੀ ਇਹ ਚਿੰਤਾ ਆ ਕਿ ਮੇਰਾ ਬੱਚਾ ਸਫਲ ਹੋਵੇ ਬਿਲਕੁਲ ਲੇਕਿਨ ਉਹਨੂੰ ਇਹ ਚਿੰਤਾ ਨਹੀਂ ਕਿ ਉਹ ਕਿਵੇਂ ਸਫਲ ਹੋਵੇ ਹੂੰ ਬਿਲਕੁਲ ਉਹਨੂੰ ਆਫੀਸਰ ਬਣਾਉਣਾ ਚਾਹੁੰਦੇ ਆ ਡਾਕਟਰ ਬਣਾਉਣਾ ਚਾਹੁੰਦੇ ਆ ਅਧਨੀਰ ਬਣਾਉਣਾ ਚਾਹੁੰਦੇ ਆ ਜੀ ਪਰ ਕਦੀ ਕਿਸੇ ਤੋਂ ਤੁਸੀਂ ਸੁਣਿਆ ਵੀ ਮੈਂ ਬੱਚੇ ਨੂੰ ਇਨਸਾਨ ਬਣਾਉਣਾ ਹੂੰ ਬੰਦਾ ਇੱਥੇ ਸਭ ਕੁਝ ਬਣਿਆ ਬਣਿਆ ਪਰ ਇਨਸਾਨ ਨਹੀਂ ਹੈ। ਹਾਂ ਬਿਲਕੁਲ ਲੋੜ ਸਾਨੂੰ ਇਨਸਾਨੀ ਕਦਰਾਂ ਕੀਮਤਾਂ ਦੀ ਹੈ ਜਿਨ੍ਹਾਂ ਨੂੰ ਤੁਸੀਂ ਨੈਤਿਕ ਕਦਰਾਂ ਕੀਮਤਾਂ ਕਹਿੰਦੇ ਹੋ। ਜੀ ਜੀ ਬਿਲਕੁਲ ਸੋ ਸਭ ਤੋਂ ਮਹੱਤਵਪੂਰਨ ਮਨੋੱਖੀ ਜੀਵਨ ਦੇ ਵਿੱਚ ਜੇ ਹੈ ਤਾਂ ਉਹ ਨੈਤਿਕ ਕਦਰਾਂ ਕੀਮਤਾਂ ਹੈ। ਬਿਲਕੁਲ ਜੀ ਬੰਦਾ ਇੱਥੇ ਸਭ ਕੁਝ ਬਣਿਆ ਲੇਕਿਨ ਬਣਿਆ ਇਨਸਾਨ ਨਹੀਂ ਹੈ। ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ। ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਨਾ ਜੀ ਤੇ ਸਭ ਤੋਂ ਪਹਿਲਾਂ ਉਸ ਨੂੰ ਮਾਂ ਦੀ ਗੋਦੀ ਤੇ ਵਿੱਚ ਰੱਖਿਆ ਜਾਂਦਾ ਹੈ। ਬਿਲਕੁਲ ਫਿਰ ਜੋ ਮਾਂ ਦੇ ਨਿੱਕੇ ਨਿੱਕੇ ਹੰਗਾਰੇ ਹੁੰਦੇ ਨੇ ਜੋ ਉਸਦੇ ਫੇਸ ਦੇ ਉੱਤੇ ਵੱਖ-ਵੱਖ ਹਾਵ ਭਾਵ ਪ੍ਰਗਟ ਹੁੰਦੇ ਨੇ ਜੀ ਉਹ ਕਿਲਕਾਰੀਆਂ ਫਿਰ ਭਾਸ਼ਾ ਦਾ ਰੂਪ ਲੈ ਲੈਂਦੀਆਂ ਲੈਂਦੀਆਂ ਮਾਂ ਦਾ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ ਬੱਚੇ ਦੇ ਉੱਤੇ ਮਾਂ ਕਿਸ ਤਰ੍ਹਾਂ ਦਾ ਰੋਲ ਅਦਾ ਕਰ ਸਕਦੀ ਹੈ ਜਾਂ ਕਿਸ ਤਰ੍ਹਾਂ ਦਾ ਰੋਲ ਅਦਾ ਕਰਦੀ ਹੈ ਕਿ ਨੈਤਿਕ ਕਦਰਾਂ ਕੀਮਤਾਂ ਬੱਚੇ ਦੇ ਵਿੱਚ ਆਉਣ ਸ਼ੁਕਰਗੁਜ਼ਾਰ ਜੀ ਬਹੁਤ ਅਹਿਮ ਤੁਸੀਂ ਗੱਲ ਕੀਤੀ ਹੈ ਐ ਜੋ ਕੁਝ ਵੀ ਇਸ ਸੰਸਾਰ ਦੇ ਵਿੱਚ ਅਸੀਂ ਤੁਸੀਂ ਜਿਹਨੇ ਵੀ ਇਨਸਾਨ ਪੈਦਾ ਹੋਇਆ ਉਹਦਾ ਮੁੱਖ ਰੋਲ ਜਿਹੜਾ ਮਾਂ ਆ। ਬਿਲਕੁਕ। ਇਹ ਪ੍ਰੋਫੈਸਰ ਮੋਹਨ ਸਿੰਘ ਹਣੀ ਬਹੁਤ ਖੂਬਸੂਰਤ ਲਾਈਨਾਂ ਲਿਖੀਆਂ ਮਾਂ ਵਰਗਾ ਕਣ ਸ਼ਾਮਾ ਬੂਟਾ ਮੈਨੂੰ ਨਜ਼ਰ ਨਾ ਆਏ ਲੈ ਕੇ ਜਿਸ ਤੋਂ ਸ਼ਾਂ ਉਦਾਰੀ ਰੱਬ ਨੇ ਸਵਰਗ ਬਣਾਏ। ਬਿਲਕੁਕ। ਕੁੱਲ ਦੁਨੀਆ ਦੇ ਬੂਟੇ ਜੜ ਪੁੱਟਿਆਂ ਸੁੱਕ ਜਾਵਣ ਐ ਪਰ ਫੁੱਲਾਂ ਦੇ ਮਰ ਜਾਇਆ ਇਹ ਬੂਟਾ ਸੁੱਕ ਜਾਏ। ਮਾਂ ਦੀ ਭੂਮਿਕਾ ਜਿਹੜੀ ਆ ਅਸੀਮ ਆ। ਉਹਦਾ ਕੋਈ ਆਦ ਅੰਤ ਨਹੀਂ। ਕਿਉਂਕਿ ਮਾਂ ਨੇ ਸਾਨੂੰ ਰੂਪ ਦਿੱਤਾ। ਬਿਲਕੁਕ। ਸਾਨੂੰ ਸਰੀਰ ਦਿੱਤਾ। ਸਾਨੂੰ ਦਿਲ ਦਿਮਾਗ ਦਿੱਤਾ। ਔਰ ਮਾਂ ਨੇ ਸਾਨੂੰ ਤੁਰਨਾ ਫਿਰਨਾ ਬੋਲਣਾ ਸਿੱਖਣਾ ਸਭ ਕੁਝ ਕਰਨਾ ਸਿਖਾਇਆ ਤੇ ਮਾਂ ਦੇਖੋ ਪਹਿਲਾ ਬੋਲ ਜਿਹੜਾ ਆ ਬੱਚਾ ਉਹ ਮਾਂ ਬੋਲਦਾ ਤੇ ਉਹ ਮਾਂ ਕਰਕੇ ਹੀ ਬੋਲਦਾ ਤੇ ਮਾਂ ਨੇ ਜਿਹੜੀ ਸਿੱਖਿਆ ਦੇਣੀ ਆ ਮਾਂ ਨੇ ਜਿਹੜੇ ਸਾਡੇ ਅੰਦਰ ਗੁਣ ਪਰਮੇ ਆ ਸ਼ਹੀਦ ਭਗਤ ਸਿੰਘ ਜੀ ਸੂਰੀ ਤੇ ਨਾਂ ਚੜਦੇ ਫਾਂਸੀ ਤੇ ਨਾਂ ਚੜਦੇ ਜੇ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਚਾਚਾ ਅਜੀਤ ਸਿੰਘ ਦੀਆਂ ਕਹਾਣੀਆਂ ਨਾ ਸੁਣਾਈਆਂ ਤੋ ਇਹ ਭੂਮਿਕਾ ਆ ਇੱਕ ਮਾਂ ਦੀ ਕਿਉਂਕਿ ਜਿਹੜੀ ਸਾਡੀ ਸਰਵਪੱਖੀ ਵਿਕਾਸ ਆ ਸਿਰਫ ਮਾਂ ਨੇ ਸਾਨੂੰ ਸਰੀਰ ਨਹੀਂ ਦਿੱਤਾ ਉਹਨੇ ਜਿਹੜੇ ਦਿਲ ਦਿਮਾਗ ਦਿੱਤੇ ਆ ਉਹ ਦਿਲ ਦਿਮਾਗ ਦੇ ਵਿੱਚ ਜਿਹੜੀਆਂ ਛੁਪੀਆਂ ਸੰਭਾਵਨਾਵਾਂ ਆ ਉਹਨਾਂ ਨੂੰ ਉਜਾਗਰ ਕਰਨ ਦਾ ਜਿਹੜਾ ਹੀਲਾ ਵਸੀਲਾ ਵੀ ਮਾਂ ਨੇ ਕਰਨਾ ਹੁੰਦਾ ਤੇ ਮਾਂ ਸਾਨੂੰ ਹਰ ਕੰਮ ਲਈ ਤਿਆਰ ਕਰਦੀ ਆ ਕਹਿਣ ਦਾ ਭਾਵ ਉਹ ਸਾਡੇ ਅੰਦਰ ਉਹ ਬੀਜ ਬੀਜਦੀ ਆ ਜਿਨ੍ਹਾਂ ਬੀਜਾਂ ਨੇ ਕੱਲ ਨੂੰ ਵੱਡੇ ਰੁੱਖ ਬਣ ਕੇ ਸਮਾਜ ਨੂੰ ਮਾਪਿਆਂ ਨੂੰ ਆਲੇ ਦੁਆਲੇ ਨੂੰ ਛਾਂ ਦੇਣੀ ਆ ਫਲ ਦੇਣੇ ਆ ਫੁੱਲ ਦੇਣੇ ਆ ਔਰ ਆਲੇ ਦੁਆਲੇ ਨੂੰ ਆਪਣੇ ਕੰਮਾਂ ਨਾਲ ਜੀ ਸ਼ਾਨਦਾਰ ਕੰਮਾਂ ਨਾਲ ਮਹਿਕਾਉਣਾ ਆ ਜੀ ਬਿਲਕੁਲ ਇਹ ਇੱਕ ਨਾ ਇੰਗਲਿਸ਼ ਦਾ ਪਰਵਰਬ ਹੈ ਜੀ ਕਿ ਪੇਰੈਂਟਸ ਆਰ ਦੀ ਫਰਸਟ ਟੀਚਰ ਆਫ ਦੀ ਚਿਲड्रन ਬਿਲਕੁਲ ਇਹ ਮਾਪੇ ਨੇ ਨਾ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਨੇ ਮੈਨੂੰ ਚੇਤਾ ਹੈ ਜਦੋਂ ਅਸੀਂ ਪੜਦੇ ਹੁੰਦੇ ਸੀ ਤਾਂ ਸਾਡੇ ਮਾਪਿਆਂ ਨੇ ਕੰਨ ਮਰੋੜਨੇ ਜੀ ਤਸਵੀਰੇ ਤੜਕੇ ਠਾ ਦੇਣਾ ਇੱਕ ਡਿਸਪਲਿਨ ਸਮਾਸਾਰਨੀ ਦੇ ਦੇਣੀ ਜੀ ਵੀ 8:00 ਵਜੇ ਤੁਸੀਂ ਨਹਾਉਣਾ ਹੈ ਫਿਰ ਉਸ ਤੋਂ ਬਾਅਦ ਨਿਤਨੇਮ ਕਰਨਾ ਹੈ ਤੁਹਾਡਾ ਸਕੂਲ ਦਾ ਟਾਈਮ ਹੈ ਫਿਰ ਤੁਸੀਂ ਆਪਣੇ ਡੇਲੀ ਦੇ ਰੂਟੀਨ ਵਿੱਚ ਵਿਚਰਨਾ ਹੈ ਹਾਂਜੀ ਅੱਜ ਦੇ ਦੌਰ ਦੀ ਗੱਲ ਕਰਾਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਾਂ ਮਾਪਿਆਂ ਦੇ ਰੋਲ ਦੀ ਗੱਲ ਕਰਾਂ ਇਹਨਾਂ ਤਿੰਨਾਂ ਸੰਦਰਭ ਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ ਪਹਿਲਾਂ ਆਪਾਂ ਗੱਲ ਕੀਤੀ ਹੈ ਮਾਂ ਦੇ ਰੋਲ ਦੀ ਬਿਲਕੁਲ ਦੁਨੀਆ ਦਾ ਮਹਾਨ ਜੇਤੂ ਨਪੋਲੀਅਨ ਇੱਕ ਤਾਂ ਲਿਖਦਾ ਗਿਵ ਮੀ ਗੁੱਡ ਮਦਰਸ ਐਂਡ ਆਈ ਵਿਲ ਗਿਵ ਯੂ ਅ ਗੁੱਡ ਨੇਸ਼ਨ ਸੋ ਭਾਵੀ ਇਹ ਆ ਕਿ ਜੇ ਮਾਂ ਨੇ ਸਾਡੇ ਅੰਦਰ ਉਚੇਰੀਆਂ ਕਦਰਾਂ ਕੀਮਤਾਂ ਭਰ ਦਿੱਤੀਆਂ ਚੰਗੀਆਂ ਕਦਰਾਂ ਕੀਮਤਾਂ ਭਰ ਦਿੱਤੀਆਂ ਨੈਤਿਕ ਕਦਰਾਂ ਕੀਮਤਾਂ ਭਰ ਦਿੱਤੀਆਂ ਤਾਂ ਅਸੀਂ ਜਿਹੜਾ ਦੇਸ਼ ਕੌਮ ਸਮਾਜ ਸੋਹਣਾ ਸੁਚੱਜਾ ਵਧੀਆ ਬਣਾ ਲਾਂਗੇ ਜੀ ਬਿਲਕੁਲ ਇਹ ਤਾਂ ਹੈ ਮਾਂ ਦੀ ਭੂਮਿਕਾ ਤੇ ਇਸੇ ਤਰ੍ਹਾਂ ਜਿਹੜੀ ਤੁਸੀਂ ਗੱਲ ਅਗਲੇ ਪਰਿਵਾਰ ਦੀ ਕੀਤੀ ਆ ਹੁਣ ਜਦੋਂ ਮਾਂ ਦੇ ਨਾਲ ਪਿਤਾ ਜੁੜ ਗਿਆ ਜੀ ਤੇ ਫਿਰ ਸਾਡਾ ਪਰਿਵਾਰ ਜੁੜ ਗਿਆ ਸਾਡਾ ਘਰ ਦਾ ਵਾਤਾਵਰਣ ਹਮ ਘਰ ਦੇ ਵਾਤਾਵਰਣ ਚ ਮੈਂ ਆਪਣੇ ਵੱਡਿਆਂ ਨਾਲ ਕਿਵੇਂ ਵਿਹਾਰ ਕਰਦਾ ਜੀ ਬਿਲਕੁਲ ਮੈਂ ਆਪਣੇ ਹਾਨੀਆਂ ਨਾਲ ਕਿਵੇਂ ਵਿਹਾਰ ਕਰਦਾ ਹਮ ਮੈਂ ਆਪ ਤੋਂ ਛੋਟਿਆਂ ਨਾਲ ਕਿਵੇਂ ਵਿਹਾਰ ਕਰਦਾ ਜੀ ਇਸ ਚੀਜ਼ ਨੇ ਬੱਚੇ ਤੇ ਪ੍ਰਭਾਵ ਪਾਣਾ ਬਿਲਕੁਲ ਦਿਨ ਸ਼ਬਦ ਮੈਂ ਤੁਹਾਨੂੰ ਦੱਸਦਾ ਸਤਕਾਰਨਾ ਹਮ ਵਿਚਾਰਨਾ ਦੁਲਾਰਨਾ ਬਿਲਕੁਲ ਇਹ ਸਾਨੂੰ ਆਣਾ ਚਾਹੀਦਾ ਪਹਿਲਾਂ ਬੱਚੇ ਤੇ ਅਸੀਂ ਬਾਅਦ ਜਾਂਦੇ ਹਾਂ ਬਿਲਕੁਲ ਸਾਨੂੰ ਵੱਡਿਆਂ ਨੂੰ ਜ਼ਰੂਰ ਸਤਿਕਾਰਨਾ ਚਾਹੀਦਾ ਹਮ ਬਿਲਕੁਲ ਜਿਹੜੇ ਸਾਡੇ ਹਾਨੀ ਆ ਉਹਨਾਂ ਨੂੰ ਸਾਨੂੰ ਵਿਚਾਰਨਾ ਚਾਹੀਦਾ ਵਾਹ ਤੁਸੀਂ ਮੇਰੇ ਹਾਨੀ ਆ ਤੁਸੀਂ ਕੀ ਕਰਦੇ ਆ ਕਿਵੇਂ ਕਰਦੇ ਆ ਕਿਹੋ ਜਿਹਾ ਕਰਦੇ ਆ ਇਹ ਵਿਚਾਰਨ ਦੀ ਲੋੜ ਆ ਬਿਲਕੁਲ ਮੰਨ ਲਓ ਤੁਸੀਂ ਮੇਰੇ ਮਿੱਤਰ ਬਣ ਗਏ ਹਮ ਤੁਹਾਨੂੰ ਮੈਂ ਵਿਚਾਰਿਆ ਹੀ ਨਹੀਂ ਤੁਹਾਡੇ ਕੰਮਾਂ ਦਾ ਮੈਨੂੰ ਪਤਾ ਹੀ ਨਹੀਂ ਬਿਲਕੁਲ ਉੱਥੇ ਵੀ ਪ੍ਰੋਬਲਮ ਬਣ ਜਾਏਗੀ ਬਿਲਕੁਲ ਛੋਟਿਆਂ ਨੂੰ ਦਲਾਰਨਾ ਹਮ ਜਿਹੜੇ ਨਿੱਕੇ ਨਿੱਕੇ ਆ ਜਿਹੜੇ ਸਾਤੋਂ ਪਿੱਛੇ ਆ ਛੋਟੇ ਆ ਉਹਨਾਂ ਨੂੰ ਥਾਪੀ ਦੇਣਾ ਵੀ ਸਾਡੀ ਜਨਰਲਿਜ਼ਮ ਬਿਲਕੁਲ ਅਗਰ ਅਸੀਂ ਪਰਿਵਾਰ ਦੇ ਵਿੱਚ ਇਸ ਚੀਜ਼ ਨੂੰ ਵਰਤ ਰਹੇ ਹਾਂ ਹਮ ਇਸ ਚੀਜ਼ ਨੂੰ ਕਰ ਰਹੇ ਹਾਂ ਤੇ ਉਹ ਬੱਚੇ ਅੰਦਰ ਆਟੋਮੈਟਿਕਲੀ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਹੋਣਾ ਸ਼ੁਰੂ ਹੋ ਜਾਏਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਵੇਖੋ ਸਤਕਾਰਨਾ ਵਿਚਾਰਨਾ ਤੇ ਦੁਲਾਰਨਾ ਜੀ ਇਹ ਇਹ ਸਾਡੀ ਜ਼ਿੰਦਗੀ ਦੇ ਅਹਿਮ ਹਿੱਸੇ ਨੇ ਜੀ ਤੇ ਜਦੋਂ ਪਰਿਵਾਰ ਦੀ ਗੱਲ ਕਰਦੇ ਹਾਂ ਤੇ ਇਹੋ ਜਿਹੀਆਂ ਨੈਤਿਕ ਕਦਰਾਂ ਇਹੋ ਜਿਹੀਆਂ ਗੱਲਾਂ ਬਾਤਾਂ ਸਾਡੇ ਵਿੱਚ ਉਸ ਸਮੇਂ ਆਉਂਦੀਆਂ ਸੀ ਜਦੋਂ ਸੰਯੁਕਤ ਪਰਿਵਾਰ ਹੁੰਦਾ ਸੀ ਜੀ ਇੱਕੋ ਚੁੱਲ੍ਹੇ ਦੇ ਸਵੇਰੇ ਉੱਠ ਕੇ ਬੈਠਣਾ ਉੱਥੇ ਚਾਹ ਪੀਣੀ ਅੱਗ ਸੇਕਣੀ ਰੋਟੀ ਵੀ ਖਾਣੀ ਤੇ ਰਾਤ ਦੀ ਗੱਲ ਕਰਨੀ ਤੇ ਛੱਤਾਂ ਦੇ ਉੱਤੇ ਇੱਕੋ ਪੱਖੇ ਦੇ ਅੱਗੇ ਪੈ ਜਾਣਾ ਤੇ ਦਾਦਿਆਂ ਨੇ ਨਾਨਿਆਂ ਨੇ ਵੱਡਿਆਂ ਨੇ ਬਜ਼ੁਰਗਾਂ ਨੇ ਬਾਤਾਂ ਪਾਉਣੀਆਂ ਤੇ ਸਾਨੂੰ ਪਤਾ ਲੱਗਣਾ ਵੀ ਵਾਕਈ ਪਰਿਵਾਰ ਵੀ ਕੁਝ ਹੈ ਇਹ ਨੈਤਿਕ ਕਦਰਾਂ ਵੀ ਕਿਤੇ ਸਾਡਾ ਸੱਭਿਆਚਾਰ ਵੀ ਕੁਝ ਹੈ ਤੇ ਤੁਹਾਡੇ ਜਿਸ ਤਰ੍ਹਾਂ ਇੱਕਦਮ ਸਮੇਂ ਦੇ ਵਿੱਚ ਤਬਦੀਲੀ ਆਈ ਸੰਯੁਕਤ ਪਰਿਵਾਰ ਤੋਂ ਹੁਣ ਹਰ ਕੋਈ ਇਕੱਲਾ ਰਹਿਣਾ ਸਚਾਉਂਦਾ ਹੈ ਤੇ ਹੁਣ ਕੱਲੇ ਰਾਣੇ ਦੇ ਨਾਲ ਨਾਲ ਹੁਣ ਕੀ ਹੈ ਕਿ ਬੱਚੇ ਵੀ ਹੋਸਟਲਾਂ ਦੇ ਵਿੱਚ ਆ ਗਏ ਨੇ ਤੇ ਇਹ ਇਸ ਸਾਰੇ ਸਾਡੇ ਜੀਨ ਦੇ ਢੰਗ ਨੂੰ ਤੁਸੀਂ ਕਿਦਾਂ ਲੈਂਦੇ ਜਿਹੜੀ ਆਪਾਂ ਪਰਿਵਾਰ ਦੀ ਗੱਲ ਕਰਦੇ ਆਂ ਦੇਖੋ ਜਦੋਂ ਸੰਯੁਕਤ ਪਰਿਵਾਰ ਸੀ ਨਾ ਜੀ ਮੇਰਾ ਖਿਆਲ ਆ ਉਸ ਵੇਲੇ ਜਿਹੜਾ ਅਸੀਂ ਇਹ ਮਸਲਾ ਵਿਚਾਰ ਰਹੇ ਆਂ ਸ਼ਾਇਦ ਘੱਟ ਲੋਡ ਸੀ ਜੀ ਲੇਕਿਨ ਅੱਜ ਇਸ ਵਿਸ਼ੇ ਦੀ ਜ਼ਿਆਦਾ ਲੋਡ ਪਈ ਹੈ ਬੇਨੈਤਿਕ ਕਦਰਾਂ ਕੀਮਤਾਂ ਖਤਮ ਹੋ ਗਈਆਂ ਸਮਾਜ ਨਿਗਾਰ ਆ ਗਿਆ ਸਮਾਜਿਕ ਤੌਰ ਤੇ ਅਸੀਂ ਇਹਦੀ ਲੋਡ ਮਹਿਸੂਸ ਹੋਈ ਹੈ ਕਾਰਨ ਕੀ ਆ કુદરતી ਜਿਹੜਾ ਵਾਤਾਵਰਣ ਸਾਡਾ ਪਰਿਵਾਰ ਦਾ ਹੁੰਦਾ ਨਾ ਜਦੋਂ ਅਸੀਂ ਨਿੱਕ-ਨਿੱਕੇ ਸੀਗੇ ਤੇ ਅਸੀਂ ਆਪਣੇ ਦਾਦੀਆਂ ਨਾਨੀਆਂ ਮਾਮੀਆਂ ਭੂਆ ਫੂਫੀਆਂ ਵੱਡੇ ਜਿਹੜੇ ਸਾਡੇ ਬਡੇਰੇ ਸੀ ਨਾ ਉਹਨਾਂ ਦੇ ਕੋਲ ਗੋਦੀ 'ਚ ਬੈਠ ਕੇ ਕਹਾਣੀਆਂ ਸੁਣਦੇ ਹੁੰਦੇ ਸੀ ਬਿਲਕੁਲ ਉਹ ਕਹਾਣੀਆਂ ਦੇਖੋ ਸਾਨੂੰ ਕੀ ਸਿਖਾਉਂਦੀਆਂ ਸੀ ਕਹਾਣੀਆਂ ਸੱਚ ਇਮਾਨਦਾਰੀ ਮਿਹਨਤ ਲਗਨ ਹਿੰਮਤ ਹੌਸਲਾ ਵਿਗਿਆਨਕ ਸੋਚ ਇਹੋ ਜਿਹੇ ਗੁਣ ਉਹਨਾਂ ਕਹਾਣੀਆਂ ਦੇ ਵਿੱਚੋਂ ਸਾਨੂੰ ਮਿਲਦੇ ਸੀ ਤੇ ਉਹੀ ਗੁਣ ਜਿਵੇਂ ਅਸੀਂ ਸਮਾਜ ਦੇ ਵਿੱਚ ਅਪਲਾਈ ਕਰਦੇ ਆਂ ਉਹਦਾ ਪ੍ਰੈਕਟੀਕਲ ਕਰਦੇ ਆਂ ਤੇ ਅਸੀਂ ਗੁਣਪਰਪੂਰ ਇਨਸਾਨ ਬਣ ਜਾਂਦੇ ਆਂ ਤੇ ਅਸੀਂ ਹਰ ਬੰਦਾ ਸੁਣ ਕੇ ਨਾਲ ਕਹਿੰਦਾ ਯਾਰ ਬੜਾ ਵਧੀਆ ਮੁੰਡਾ ਹੈ ਬੱਚਾ ਇਹ ਬੱਚਾ ਯਾਰ ਬਹੁਤ ਸੋਹਣੀ ਗੱਲ ਕਰਦਾ ਜੀ ਇਹਦੀ ਬੋਲਬਾਣੀ ਬਹੁਤ ਵਧੀਆ ਹੈ ਉਹ ਪਰਿਵਾਰ ਚੋਂ ਮਿਲਦਾ ਸਾਰਾ ਕੁਝ ਸਾਨੂੰ ਉਹ ਸੰਯੁਕਤ ਪਰਿਵਾਰ ਦਾ ਇਹ ਸਾਨੂੰ ਫਾਇਦਾ ਸੀ ਕਿ ਸਾਨੂੰ ਜਿਹੜੀਆਂ ਉਚੇਰੇ ਗੁਣ ਸੀ ਚੰਗੇ ਗੁਣ ਸੀ ਸਮਾਜ ਲਈ ਚੰਗੇ ਸੀ ਦੇਸ਼ ਲਈ ਚੰਗੇ ਸੀ ਪਰਿਵਾਰ ਲਈ ਚੰਗੇ ਸੀ ਉਹ ਸਾਨੂੰ ਕੁਦਰਤੀ ਮਿਲ ਜਾਂਦੇ ਸੀ ਸਪੈਸ਼ਲ ਗੱਲ ਕਰਨ ਦੀ ਲੋੜ ਨਹੀਂ ਸੀ ਜਦੋਂ ਅਸੀਂ ਇਕੱਠੇ ਸਮੱਸਿਆ ਕੀ ਆਈ ਹੈ ਸਾਡਾ ਸੰਵਾਦ ਖਤਮ ਹੋ ਗਿਆ ਹਮ ਸਾਡਾ ਆਪਸੀ ਜਿਹੜਾ ਸੰਵਾਦ ਸੀ ਨਾ ਦੇਖੋ ਵਿਚਾਰਾਂ ਦੇ ਆਦਾਨ ਪ੍ਰਦਾਨ ਨਾਲ ਹੀ ਸਾਰੇ ਮਸਲੇ ਹੱਲ ਹੋਣੇ ਹੁੰਦੇ ਹ ਜੀ ਹੁਣ ਅਸੀਂ ਪਰਿਵਾਰ ਦੇ ਚਾਰਜੀ ਆ ਹਮ ਚਾਰੇ ਜੀ ਆਪੋ ਆਪਣੇ ਫੋਨ ਤੇ ਲੱਗੇ ਬੈਠੇ ਆ ਬੈਠੇ ਅਸੀਂ ਇਕੱਠੇ ਆ ਇੱਕ ਕਮਰੇ ਚ ਲੇਕਿਨ ਸਾਡਾ ਆਪਸ ਵਿੱਚ ਆਦਾਨ ਪ੍ਰਦਾਨ ਕੋਈ ਨਹੀਂ ਵਿਚਾਰਾਂ ਦੀ ਸਾਂਝ ਕੋਈ ਨਹੀਂ ਅਸੀਂ ਆਪਣੇ ਫੋਨ ਤੇ ਲੱਗੇ ਆ ਕੀ ਮਿਲੂਗਾ ਸਾਨੂੰ ਇੱਥੇ ਮੈਂ ਇੱਕ ਗੱਲ ਹੋਰ ਮੈਂ ਆਪਣੀ ਸਵਾਲ ਦੀ ਲੈਣਾ ਚਾਹੁੰਦਾ ਕਿ ਜਿਸ ਤਰ੍ਹਾਂ ਹੁਣ ਬੱਚੇ ਹੋਸਟਲਾਂ ਦੇ ਵਿੱਚ ਆ ਗਏ ਨੇ ਬੱਚੇ ਹੋਸਟਲਾਂ ਦੇ ਵਿੱਚ ਰਹਿੰਦੇ ਪਏ ਨੇ ਪੀਜੀ ਦੇ ਵਿੱਚ ਰਹਿੰਦੇ ਪਏ ਨੇ ਆਪਣੀ ਮਰਜ਼ੀ ਦੇ ਨਾਲ ਉੱਠਦੇ ਨੇ ਆਪਣੀ ਮਰਜ਼ੀ ਦੇ ਨਾਲ ਸਕੂਲ ਕਾਲਜ ਚੱਲ ਜਾਂਦੇ ਨੇ ਮਾਪਿਆਂ ਨੂੰ ਇਹ ਤਾਂ ਪਤਾ ਹੈ ਉਹ ਫੀਸਾਂ ਤਾਰ ਰਹੇ ਨੇ ਲੇਕਿਨ ਆ ਨਹੀਂ ਪਤਾ ਬੱਚੇ ਉੱਥੇ ਕੀ ਕਰ ਰਹੇ ਨੇ ਤੇ ਇਹ ਮਾਹੌਲ ਕਿੰਨਾ ਕੁ ਖਤਰਨਾਕ ਹੈ ਦੇਖੋ ਜਿਹੜੀ ਸ਼ੁਰੂਆਤ ਦੀ ਗੱਲ ਆਪਾਂ ਕੀਤੀ ਹੈ ਨਾ ਅਗਰ ਬੱਚੇ ਨੂੰ ਮਾਂ ਨੇ ਪਰਿਵਾਰ ਨੇ ਉਹਨੂੰ ਸਿੱਖਿਤ ਕਰਤਾ ਹੂੰ ਜਿਹੜੀਆਂ ਗੱਲਾਂ ਦੀ ਆਪਾਂ ਗੱਲ ਕਰਕੇ ਹਟੇ ਆਂ ਫੇਰ ਉਹ ਚਾਹੇ ਹੋਸਟਲ 'ਚ ਰਹੇ ਚਾਹੇ ਉਹ ਅਮਰੀਕਾ ਕੈਨੇਡਾ ਰਹੇ ਚਾਹੇ ਉਹ ਇੰਡੀਆ 'ਚ ਰਹੇ ਚਾਹੇ ਉਹ ਕਿਤੇ ਵੀ ਰਹੇ ਹੂੰ ਉਹਨੂੰ ਕੋਈ ਸਮੱਸਿਆ ਨਹੀਂ ਜੇ ਇਸ ਬੱਚੇ ਅੰਦਰ ਅਸੀਂ ਨਰੂਈਆਂ ਕਦਰਾਂ ਕੀਮਤਾਂ ਬਚਪਨ ਵਿੱਚ ਨਹੀਂ ਪਰੀ ਨਹੀਂ ਪਰੀਆਂ ਉਹਦੇ ਲਈ ਸਮੱਸਿਆ ਆ ਬਿਲਕੁਲ ਜੀ ਲੋਡ ਕੀ ਆ ਬਚਪਨ ਨੂੰ ਸੰਭਾਲਣ ਦੀ ਹੂੰ ਹੁਣ ਅਸੀਂ ਬਚਪਨ ਦੇ ਵਿੱਚ ਦੇਖੋ ਸਾਡੇ ਘਰਾਂ ਦੇ ਵਿੱਚ ਤੁਸੀਂ ਕਿਤੇ ਵੀ ਨਿਗਾਹ ਮਾਰ ਕੇ ਦੇਖੋ ਜੀ ਜਿਹੜੀਆਂ ਚੀਜ਼ਾਂ ਨੇ ਬੱਚੇ ਦੇ ਦਿਮਾਗ ਨੂੰ ਉਚੇਰਾ ਕਰਨਾ ਬੱਚੇ ਦੀ ਸੋਚ ਨੂੰ ਡਿਵੈਲਪ ਕਰਨਾ ਉਹ ਚੀਜ਼ਾਂ ਸਾਡੇ ਘਰਾਂ 'ਚ ਨਹੀਂ ਹੈਗੀਆਂ। ਉਹ ਕੀ ਆ? ਕਿਤਾਬਾਂ, ਅਖਬਾਰਾਂ, ਰਸਾਲੇ। ਹਮ ਅਸੀਂ ਕੀ ਦੇ ਰਹੇ ਆਂ? ਮਹਿੰਗੇ ਮਹਿੰਗੇ ਖਡਾਉਣੇ ਦੇ ਰਹੇ ਆਂ। ਖਡਾਉਣੇ ਵੀ ਕਿਹੜੇ ਦੇ ਰਹੇ ਆਂ? ਜਿਹੜੀ ਗਨ, ਹਾਂ, ਬੰਦੂਕ, ਪਿਸਟਲ, ਟੈਂਕ। ਹਮ ਦਸੂ ਕੀ ਬਣੂਗਾ? ਕੀ ਬਣੂਗਾ? ਕੀ ਬੱਚਾ ਸਿੱਖੂਗਾ? ਉੱਥੇ ਹੁਣ ਮਾਪਾ। ਪਹਿਲਾ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਆ। ਹਮ ਬਿਲਕੁਲ ਅਸੀਂ ਅਕਸਰ ਦੋਸ਼ ਅਧਿਆਪਕ ਨੂੰ ਦਿੰਨੇ ਆਂ। ਹਮ ਹਮ ਵੇ ਜੇ ਅਧਿਆਪਕ ਨੇ ਉਹ ਨਹੀਂ ਕੀਤਾ, ਜੇ ਨਹੀਂ ਹੋਇਆ ਉਹ ਨਹੀਂ ਹੋਇਆ। ਪਾਏ ਅਸੀਂ ਪਹਿਲਾਂ ਮਾਪੇ ਮਾਪੇ ਆ ਬਿਲਕੁਲ ਅਸੀਂ ਬੱਚੇ ਨੂੰ ਪੈਦਾ ਕੀਤਾ ਅਸੀਂ ਬੱਚੇ ਨੂੰ ਮਨੁੱਖ ਬਣਾਉਣਾ ਤੇ ਉਹਦੇ ਵਿੱਚ ਗੁਣ ਕਿਹੜੇ ਭਰੇ ਆ ਬਿਲਕੁਲ ਸਹੀ ਗੱਲ ਹੈ ਜੀ ਇਹ ਪੁਰਾਣੇ ਸਮੇਂ ਦੀ ਗੱਲ ਕਰੀਏ ਨਾ ਮਾਨ ਸਾਹਿਬ ਤੇ ਪੁਰਾਣੇ ਸਮੇਂ ਦੇ ਵਿੱਚ ਮੇਲਿਆਂ ਦੇ ਵਿੱਚ ਜਾਣਾ ਜੀ ਤੇ ਪਤਾ ਹੁੰਦਾ ਸੀ ਕਿ ਦਾਦੀ ਦੇ ਨਾਲ ਜਾਂਦਾ ਹੈ ਦਾਦੇ ਦੇ ਨਾਲ ਜਾਂ ਬਾਪ ਨਾਲ ਜਾ ਰਿਹਾ ਹੈ ਤੇ ਬੱਚੇ ਨੇ ਉਂਗਲੀ ਫੜੀ ਹੋਈ ਤੇ ਜਾਂ ਬੱਚੇ ਦੇ ਮੋਢੇ ਤੇ ਹੱਥ ਬਾਪ ਨੇ ਰੱਖਿਆ ਹੁੰਦਾ ਸੀ ਆ ਤੈਨੂੰ ਮੇਲੇ ਦੀ ਸੈਰ ਕਰਵਾ ਤੇ ਪਤਾ ਹੁੰਦਾ ਸੀ ਕਿ ਸੱਭਿਆਚਾਰ ਹੈ ਕਦਰਾਂ ਕੀਮਤਾਂ ਨੇ ਸਾਂਝਾਂ ਨੇ ਮੁਹੱਬਤਾਂ ਨੇ ਸਾਡੀ ਸ਼ਰੀਕਾ ਕੀ ਹੁੰਦਾ ਹੈ ਪਰਿਵਾਰ ਕੀ ਹੁੰਦਾ ਹੈ ਸਾਨੂੰ ਪਤਾ ਹੁੰਦਾ ਸੀ ਪਰ ਅੱਜ ਦੇ ਦੌਰ 'ਚ ਜੇ ਮੈਂ ਸ਼ਹਿਰੀ ਲਾਈਫ ਦੀ ਗੱਲ ਕਰਾਂ ਤੇ ਸ਼ਾਪਿੰਗ ਮਾਲ ਦੇ ਵਿੱਚ ਬੱਚੇ ਵੀ ਮਿਲਦੇ ਨੇ ਮਾਪੇ ਵੀ ਮਿਲਦੇ ਨੇ ਪਰ ਸ਼ਾਇਦ ਮਾਂ ਦੀ ਉਂਗਲੀ ਬੱਚੇ ਨੇ ਨਹੀਂ ਫੜੀ ਹੁੰਦੀ ਘਰ ਦੇ ਵਿੱਚ ਜੋ ਨੌਕਰ ਜਾਂ ਨੌਕਰਾਨੀ ਰੱਖੀ ਹੁੰਦੀ ਹੈ ਉਸ ਦੀ ਬੱਚੇ ਨੇ ਉਂਗਲੀ ਫੜੀ ਹੁੰਦੀ ਹੈ ਜਦੋਂ ਮਾਪਿਆਂ ਦਾ ਪਿਆਰ ਨਹੀਂ ਮਿਲਣਾ ਮਾਪਿਆਂ ਦੇ ਨਾਲ ਬੱਚੇ ਦਾ ਵਿਚਾਰ ਵਟਾਂਦਰਾ ਨਹੀਂ ਕੋਈ ਹੁਲਣਾ ਤਾਂ ਸ਼ਾਇਦ ਨੈਤਿਕ ਕਦਰਾਂ ਕੀਮਤਾਂ ਅਸੀਂ ਨਹੀਂ ਸਿੱਖ ਸਕਦੇ ਅੱਗੇ ਸੰਚਾਰਿਤ ਨਹੀਂ ਹੋਣੀਆਂ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਬੱਚਾ ਜਿਹੜਾ ਪਲ ਰਿਹਾ ਉਹ ਹੁਣ ਮਾਂ ਦੀ ਗੋਦੀ 'ਚ ਨਹੀਂ ਪਲ ਰਿਹਾ ਆਇਆ ਦੀ ਗੋਦੀ 'ਚ ਪਲ ਰਿਹਾ ਹਾਂ ਬਿਲਕੁਲ ਆਇਆ ਨੇ ਤਾਂ ਆਪਣੀ ਡਿਊਟੀ ਕਰਨੀ ਆ। ਹੂੰ। ਬੱਚੇ ਨੂੰ ਫੀਡ ਦੇਣੀ ਆ। ਸਾਫ ਸੰਭਾਲ ਕਰਨੀ ਆ। ਬਿਲਕੁਲ। ਜਿਹੜੇ ਤੁਸੀਂ ਉਹਨੂੰ ਗੁਣਪਰਪੂਰ ਬਣਾਉਣਾ। ਉਹ ਤਾਂ ਮਾਪਿਆਂ ਨੇ ਹੀ ਦੇਣਾ ਆ। ਹੂੰ। ਆਇਆ ਕੋਲ ਚਾਰ ਬੱਚੇ ਆ, 10 ਬੱਚੇ ਆ, 6 ਬੱਚੇ ਆ, ਜਿੰਨੇ ਵੀ ਹੈਗੇ ਆ। ਜੀ। ਉਹਨੇ ਸਾਰਿਆਂ ਨੂੰ ਦੇਖਣਾ। ਤੇ ਉਹ ਕੁਝ ਸਿੱਖਿਆਤ ਨਹੀਂ ਕਰ ਸਕਦੀ। ਉਹ ਸਿਰਫ ਖਡਾਉਣੇ ਦੇ ਕੇ ਉਹਦਾ ਮਨ ਪਰਚਾ ਸਕਦੀ ਵੀ ਲੈ ਇਹਨਾਂ ਲੱਗਾ ਰਹਿ ਤੇ ਓਕੇ ਆ। ਲੇਕਿਨ ਜ਼ਿੰਮੇਵਾਰੀ ਤਾਂ ਮਾਪਿਆਂ ਦੀ ਆ। ਮਾਪਿਆਂ ਦੀ। ਹੁਣ ਤੁਸੀਂ ਕਹਿੰਦੇ ਵੀ ਹੋਸਟਲ 'ਚ ਬੱਚੇ ਨੂੰ ਛੱਡ ਦਿੱਤਾ। ਬੱਚਾ ਬਾਹਰ ਨਿਕਲ ਗਿਆ। ਤੇ ਉਹ ਕਾਰਨ ਉੱਥੇ ਫੇਰ ਗੱਲ ਆ ਕੇ ਮੁੱਕਦੀ ਆ ਕਿ ਅਸੀਂ ਉਹਦੇ ਅੰਦਰ ਗੁਣ ਭਰਨੇ ਆ ਸਾਨੂੰ ਸਮਾਂ ਦੇਣਾ ਪੈਣਾ ਜੀ ਪੇਰੈਂਟਸ ਨੂੰ ਹੀ ਦੇਣਾ ਪੈਣਾ ਇਹ ਜਿਹੜੇ ਮਾਪਿਆਂ ਨੇ ਗੁਣ ਭਰੇ ਆ ਪਰਿਵਾਰ ਨੇ ਗੁਣ ਭਰੇ ਆ ਉਹਨਾਂ ਨੂੰ ਫਿਰ ਅਧਿਆਪਕਾਂ ਦੇ ਅੱਗੇ ਪ੍ਰਫੁੱਲਤ ਕਰਨਾ ਬਿਲਕੁਲ ਦੇਖੋ ਪਹਿਲਾਂ ਸਾਡੀ ਦੋ ਚੀਜ਼ਾਂ ਆ ਹੈਰਡਿਟਿਨ ਐਂਡ এনਵਾਇਰਨਮੈਂਟ ਬੱਚੇ ਦੀ ਡਿਵੈਲਪਮੈਂਟ ਲਈ ਬਿਲਕੁਲ ਇੱਕ ਕਦਰਾਂ ਕੀਮਤਾਂ ਜਿਹੜੀਆਂ ਅਸੀਂ ਗੱਲ ਕਰਦੇ ਨਾ ਬਿਲਕੁਲ ਮੇਰਾ ਕਿਸ ਤਰ੍ਹਾਂ ਦਾ ਮੇਰੀ ਵਿਰਾਸਤ ਆ ਮੇਰਾ ਜੱਦ ਕਿਦਾਂ ਦੀ ਆ ਉਹ ਮੈਨੂੰ ਮੇਰੇ ਅੰਦਰ ਆ ਬਿਲਕੁਲ ਲੇਕਿਨ ਮੇਰੀ ਮੰਨ ਲਓ ਕਿਸੇ ਬੱਚੇ ਦੀ ਜਾਂ ਮੇਰੀ ਜਦ ਮਾੜੀ ਆ ਹੁਣ ਅਸੀਂ ਉਹਨੂੰ ਜਦ ਨੂੰ ਚੇਂਜ ਕਰਨਾ ਚੇਂਜ ਕਰਨ ਲਈ ਉਹਨੂੰ ਮਾਹੌਲ ਦੇਣਾ ਪੈਣਾ ਮਾਹੌਲ ਕਿੰਨਾ ਦੇਣਾ ਸਕੂਲ ਨੇ ਬਿਲਕੁਲ ਸਕੂਲ ਦੇ ਵਿੱਚ ਜਿਸ ਵੇਲੇ ਉਹਨੂੰ ਵਧੀਆ ਗੱਲਾਂ ਮਿਲਣੀਆਂ ਵਧੀਆ ਮਾਹੌਲ ਮਿਲਣਾ ਵਧੀਆ ਅਧਿਆਪਕ ਮਿਲਣੇ ਆ ਤੇ ਉਹ ਜਿਹੜੇ ਜਦ ਦਾ ਪ੍ਰਭਾਵ ਆ ਉਹਦੀ ਹੈਡਿਟੀ ਦੇ ਪ੍ਰਭਾਵ ਉਹ ਖਤਮ ਹੋ ਜਾਏਗਾ ਖਤਮ ਹੋ ਜਾਏਗਾ ਬਿਲਕੁਲ ਤੇ ਉਹਦੇ ਅੰਦਰ ਨਵਾਂ ਬੂਟਾ ਜਿੱਦਾਂ ਪੇਂਦ ਪੇਂਦ ਚੜਾਣੇ ਆ ਆਪਾਂ ਬੂਟੇ ਨੂੰ ਪੇਂਦ ਚੜ ਜਾਣੀ ਆ ਬਿਲਕੁਲ ਸੋ ਇਸ ਤਰ੍ਹਾਂ ਅਸੀਂ ਉਹਨੂੰ ਬਦਲ ਸਕਦੇ ਆ ਬਿਲਕੁਲ ਜੀ ਇਸੇ ਤਰ੍ਹਾਂ ਬਦਲਿਆ ਜਾ ਸਕਦਾ ਹੈ ਜੇ ਮਾਪੇ ਜੇ ਅਧਿਆਪਕ ਜੇ ਸਾਡੀ ਸੰਗਤ ਸੁਚੇਤ ਹੋਵੇ ਤੇ ਅਸੀਂ ਇੱਕ ਵਧੀਆ ਸਮਾਜ ਸਿਰਜੀਏ ਬੱਚਿਆਂ ਨੂੰ ਦੱਸੀਏ ਕਿ ਜੀਵਨ ਜੀਣ ਦਾ ਢੰਗ ਕੀ ਹੈ ਜੀ ਅਸੀਂ ਮਾਪਿਆਂ ਦੀ ਗੱਲ ਕੀਤੀ ਸਕੂਲਾਂ ਤੋਂ ਬਾਅਦ ਅਧਿਆਪਕਾਂ ਦੀ ਵੀ ਗੱਲ ਕਰਾਂਗੇ ਪਰ ਫਿਲਹਾਲ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਸਮਾ ਹੋ ਗਿਆ ਹੈ ਇੱਕ ਗੀਤ ਸ਼ਾਮਲ ਕਰ ਲਈਏ ਆਓ ਜੁੜਦੇ ਹਾਂ ਜੀ ਗੀਤ ਦੇ ਨਾਲ ਹੌਲੀ ਹੌਲੀ ਕੌੜੀਆਂ ਤੇ ਚੜਨਾ ਸਿਖਾਇਆ ਅਸੀਂ ਤੈਨੂੰ ਲਈ ਤੇ ਪੜਨਾ ਸਿਖਾਇਆ ਹੌਲੀ ਹੌਲੀ ਪੌੜੀਆਂ ਤੇ ਚੜਨਾ ਸਿਖਾਇਆ ਤੂੰ ਚੜ ਕਿਉਂ ਅਤਾਸ ਹੁਣ ਤੈਨੂੰ ਕੀ ਆਖਾਂ ਖੇਲ ਕਮਾ ਕੇ ਤੈਨੂੰ ਪਾਹ ਸੁਣ ਤੈਨੂੰ ਕੀ ਆਖਾਂ ਖੇਲ ਕਮਾ ਕੇ ਕਿੰਤੀਆਂ ਇੰਗਲੀ ਫੜਾਈਏ ਜਦੋਂ ਤੂੰ ਚਾ ਫੜ ਲੈਂਦੀਆਂ ਸਾਡੀਆਂ ਹੀ ਥਿੱਲੀਆਂ ਮਿਆਂ ਹੁ ਸਾਨੂੰ ਕਹਿੰਦੀਆਂ ਇੰਗਲੀ ਫੜਾਈਏ ਜਦੋਂ ਤੂੰ ਚਾ ਫੜ ਲੈਂਦੀਆਂ ਧਾਰੋਂ ਮਿੱਠੀਆਂ ਤੇ ਹੰਦ ਰੁਖਟਾਸ ਧਾਰੋਂ ਮਿੱਠੀਆਂ ਤੇ ਹੰਦ ਰੁਖਟਾਸ ਹੁਣ ਤੈਨੂੰ ਕੀ ਆਂ ਫੇਰ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਂ ਫੇਰ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਂ

ਰੋਤ ਮਾਨ ਦੇ ਚੜੀ ਤੈਨੂੰ ਜਾਨ ਮਾਇਰੀ ਘੱਟ ਆ ਆਈ ਤੇ ਸੁਹਾਗੇ ਉੱਤੇ ਮਾਨ ਨਹੀਂ ਲੰਘ ਜਾਵੇ ਹੱਥ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ ਕੱਟੀ ਆਇਆ ਨਹੀਂ ਤੇ ਸੁਹਾਗੇ ਉੱਤੇ ਮਾਣੀ ਲੰਘ ਜਾਵੇ ਹਾਥੀ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ ਅਸੀਂ ਹੁੰਨੇ ਆ ਗੁਰਾਂ ਦੇ ਦਾਸ ਅਸੀਂ ਹੁੰਨੇ ਆ ਗੁਰਾਂ ਦੇ ਦਾਸ ਤੇ ਹੁਣ ਤੈਨੂੰ ਕੀ ਆਖਾਂ ਖੇਲ ਕਵਾਂ ਕਿ ਤੈਨੂੰ ਸਾ ਸੁਣ ਤੈਨੂੰ ਦੋਸਤੋ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਬੱਚਿਆਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਿਵੇਂ ਕੀਤਾ ਜਾ ਸਕੇ ਇਹ ਸੁੰਦਰ ਗੱਲਬਾਤ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਸ਼੍ਰੀ ਬਲਜਿੰਦਰ ਮਾਨ ਜੀ ਜੋ ਕਿ ਸ਼੍ਰੋਮਣੀ ਬਾਲ ਸਹਿਯਦਕਰ ਨੇ ਇਹ ਮਾਨ ਸਾਹਿਬ ਆਪਾਂ ਗੱਲ ਕੀਤੀ ਗਾਣੇ ਤੋਂ ਪਹਿਲਾਂ ਜੀ ਪਰਿਵਾਰ ਦੀ ਹਾਂਜੀ ਤਾਂ ਹਲਕੀ ਹਲਕੀ ਗੱਲ ਹੋਈ ਸ਼ੁਰੂ ਸਕੂਲ ਦੀ ਸਕੂਲ ਦੀ ਵੀ ਗੱਲ ਕਰਨੀ ਹੈ ਆਪਾਂ ਅਧਿਆਪਕਾਂ ਦੇ ਰੋਲ ਦੀ ਵੀ ਗੱਲ ਕਰਨੀ ਹੈ ਪਰ ਮੇਰੇ ਇੱਕ ਜ਼ਿਹਨ ਦੇ ਵਿੱਚ ਸਵਾਲ ਆ ਰਿਹਾ ਹੈ ਕਿ ਜਦੋਂ ਬੱਚਾ ਘਰ ਦੇ ਵਿੱਚੋਂ ਨਿਕਲਦਾ ਹੈ ਨਾ ਖੇਡਣ ਲੱਗਦਾ ਹੈ ਖੇਡਣ ਦਾ ਉਹਦਾ ਦੌਰ ਆਉਂਦਾ ਹੈ ਜਿਸ ਨੂੰ ਅਸੀਂ ਕਿਸ਼ੋਰ ਅਵਸਥਾ ਕਹ ਦਿੰਨੇ ਹਾਂ ਜਾਂ ਬਾਲਪੁਣਾ ਕਹ ਦਿੰਨੇ ਹਾਂ ਤੇ ਬੱਚਾ ਗਲੀ ਦੇ ਵਿੱਚ ਜਾਂਦਾ ਹੈ ਵੇੜੇ ਤੋਂ ਬਾਹਰ ਨਿਕਲਦਾ ਹੈ ਸੜਕਾਂ ਦੇ ਉੱਤੇ ਆਪਣੀ ਇੱਕ ਟਾਣੀ ਬਣਾ ਕੇ ਬੱਚਿਆਂ ਦੀ ਦੇ ਵਿੱਚ ਖੇਡਦਾ ਹੈ ਜੀ ਹੌਲੀ ਹੌਲੀ ਫਿਰ ਉਸ ਤੋਂ ਵੱਡਾ ਹੁੰਦਾ ਹੈ ਫਿਰ ਸੰਗਤ ਦਾ ਰੰਗ ਦੇਖਣਾ ਸ਼ੁਰੂ ਹੋ ਜਾਂਦਾ ਹੈ ਜੀ ਸੰਗਤ ਦਾ ਰੰਗ ਬੱਚੇ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ ਨੈਤਿਕ ਕਿਹੜਾ ਕਦਰਾਂ ਕੀਮਤਾਂ ਦੇ ਸੰਦਰਭ ਤੋਂ ਸ਼ੁਕਰਗੁਜ਼ਾਰ ਜੀ ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਖਰਬੂਜੇ ਨੂੰ ਖਰਬੂਜਾ ਦੇਖ ਕੇ ਰੰਗ ਫੜਦਾ ਬਿਲਕੁਲ ਬਿਲਕੁਲ ਇਹ ਕਹਾਵਤ ਜੈਸੀ ਸੰਗਤ ਬੈਠੀਏ ਤੈਸੀ ਫਲਦੀ ਨਾ ਹਮ ਸਭ ਤੋਂ ਵੱਡਾ ਪ੍ਰਭਾਵ ਮਨੁੱਖੀ ਮਨ ਤੇ ਸੰਗਤ ਦਾ ਆ ਹਮ ਜਦੋਂ ਅਸੀਂ ਬਾਲ ਮਨੋਵਿਗਿਆਨ ਨੂੰ ਪੜ੍ਹਦੇ ਆ ਹਮ ਉਹਦੇ ਵਿੱਚ ਕੀ ਆ ਜਿਹੜਾ ਉਹਦੇ ਸਭ ਤੋਂ ਨੇੜੇ ਦਾ ਵਿਅਕਤੀ ਆ ਉਹਦੇ ਗੁਣ ਹਮ ਉਹਦੇ ਅੰਦਰ ਪ੍ਰਵੇਸ਼ ਕਰਨੇ ਆ ਬਿਲਕੁਲ ਇੱਕ ਸਾਡੀ ਹੋਰ ਕਹਾਵਤ ਆ ਕਿ ਗਵਾਂਡੀ ਦਾ ਰੂਪ ਨਾ ਆਵੇ ਮੱਤ ਆ ਜਾਂਦੀ ਹੈ ਮੱਤ ਆ ਜਾਂਦੀ ਬਿਲਕੁਲ ਉਹਦਾ ਅਰਥ ਵੀ ਇਹੀ ਆ ਬਿਲਕੁਲ ਬਿਲਕੁਲ ਵੀ ਜਿਹੋ ਜੇ ਸਾਡੇ ਆਲੇ ਦੁਆਲੇ ਸਾਡੇ ਨਾਲ ਸੱਜਣ ਮਿੱਤਰ ਹੋਣਗੇ ਉਹਨਾਂ ਦੇ ਗੁਣ ਦੋਸ਼ ਸਾਡੇ ਅੰਦਰ ਆਉਣਗੇ ਆਉਣਗੇ ਸੋ ਉਹ ਜਿਹੜਾ ਜੀਵਨ ਤੁਸੀਂ ਕਿਸ਼ੋਰ ਅਵਸਥਾ ਦੀ ਕੀਤੀ ਹੈ ਨਾ ਹਮ ਹਮ ਅਡੋਲਸੈਂਸ ਪੀਰੀਅਡ ਜਿਹੜਾ ਬੜਾ ਹੀ ਮਹੱਤਵਪੂਰਨ ਹੁੰਦਾ ਇਹਦੇ ਵਿੱਚ ਸਰੀਰਕ ਮਾਨਸਿਕ ਤੌਰ ਤੇ ਬੱਚੇ ਦੇ ਅੰਦਰ ਪਰਿਵਰਤਨ ਆਣੇ ਹੁੰਦੇ ਆ ਬਿਲਕੁਲ ਇੱਕ ਸ਼ਾਇਰ ਨੇ ਲਿਖਿਆ ਬਹੁਤ ਵਧੀਆ ਲਾਈਨਾਂ ਆ ਉਮਰ ਜਵਾਨੀ ਤਿਲਕਣ ਹੁੰਦੀ ਹਮ ਹਰ ਇੱਕ ਨੂੰ ਤਿਲਕਾਵੇ ਇਸ ਉਮਰ ਦਾ ਤਿਲਕਿਆ ਬੰਦਾ ਪੈਰੀਂ ਕਦੇ ਨਾ ਵੇ ਬਿਲਕੁਲ ਸੋ ਇਹ ਉਮਰ ਬਹੁਤ ਹੀ ਸੰਭਾਲਣ ਦੀ ਹੁੰਦੀ ਆ ਸੰਭਲਣ ਦੀ ਹੁੰਦੀ ਆ ਬਚਾਉਣ ਦੀ ਹੁੰਦੀ ਆ ਬੱਚੇ ਨੂੰ ਬਚਾਉਣਾ ਕਿ ਨਾ ਸੰਭਰਨਾ ਕਿ ਨਾ ਪਹਿਲੇ ਨੰਬਰ ਤੇ ਮਾਪੇ ਆ ਦੂਜੇ ਨੰਬਰ ਤੇ ਅਧਿਆਪਕ ਆ ਬਿਲਕੁਲ ਤੀਜੀ ਜਿਹੜੀ ਗੱਲ ਕੀਤੀ ਤੁਸੀਂ ਅਹਿਮ ਸੰਗਤ ਦੀ ਹੂੰ ਸੋ ਉਹ ਹੁਣ ਸੰਗਤ ਕਈ ਵਾਰੀ ਤਾਂ ਕੁਦਰਤੀ ਬਣ ਜਾਂਦੀ ਆ ਕਈ ਵਾਰੀ ਅਸੀਂ ਬਣਾਉਨੇ ਆ ਬਿਲਕੁਲ ਸੋ ਉਹਦੇ ਲਈ ਮਾਪਿਆਂ ਨੂੰ ਬਹੁਤ ਅਹਿਮ ਭੂਮਿਕਾ ادا ਕਰਨੀ ਪੈਣੀ ਹੈ ਜੀ ਕਿ ਮੇਰਾ ਬੱਚਾ ਕਿਹਨਾਂ ਦੇ ਨਾਲ ਫਿਰਦਾ ਆ ਹਮ ਕਿਹਨਾਂ ਦੀ ਸੰਗਤ ਕਰਦਾ ਆ ਉਹ ਖਿਆਲ ਰੱਖਣਾ ਪੈਣਾ ਹੈ ਬਿਲਕੁਲ ਤੇ ਦੂਜਾ ਜਿਹੜਾ ਕੁਦਰਤੀ ਉਹਦੇ ਨਾਲ ਮਿੱਤਰ ਦੋਸਤ ਬਣੇ ਨੇ ਉਹਨਾਂ ਬਾਰੇ ਵੀ ਪਤਾ ਹੋਣਾ ਜ਼ਰੂਰੀ ਜ਼ਰੂਰੀ ਕਿ ਇਹ ਉਹਨੂੰ ਕੀ ਦੇ ਸਕਦੇ ਨੇ ਜੀ ਤੇ ਇਹ ਕੀ ਹੋ ਜਾਏ ਨੇ ਬਿਲਕੁਲ ਹੁਣ ਇੱਥੇ ਕਿਉਂਕਿ ਬੱਚੇ ਨੇ ਤਾਂ ਸਾਡਾ ਮਨ ਕੀ ਆ ਅਸੀਂ ਸੌਖੀ ਗੱਲ ਕਰਦੇ ਆ ਹਮ ਤੁਸੀਂ ਦੇਖੋ ਵੀ ਕਦੀ ਬੱਚੇ ਨੇ ਤੁਸੀਂ ਗਾਲਾਂ ਸਿਖਾਈਆਂ ਹਾਂ ਬੱਚੇ ਗਾਲਾਂ ਕਢਣ ਲੱਪੰਦੇ ਆ ਬਿਲਕੁਲ ਤੇ ਚੰਗੀਆਂ ਗੱਲਾਂ ਸਿਖਾਉਣੀਆਂ ਪੈਣੀਆਂ ਤੇ ਮਾੜੀਆਂ ਗੱਲਾਂ ਆਪਣੇ ਆਪ ਆ ਜਾਂਦੀਆਂ। ਹੂੰ ਸੋ ਚੰਗੀਆਂ ਗੱਲਾਂ ਸਿਖਾਉਣ ਬਾਸ ਤੇ ਸਾਨੂੰ ਮਿਹਨਤ ਕਰਨੀ ਪੈਂਦੀ ਆ, ਕੋਸ਼ਿਸ਼ ਕਰਨੀ ਪੈਂਦੀ ਆ, ਹਿੰਮਤ ਕਰਨੀ ਪੈਂਦੀ ਆ। ਤੇ ਬੁਰੀਆਂ ਗੱਲਾਂ ਆਪਣੇ ਆਪ ਆਉਂਦੀਆਂ। ਜੀ ਸੋ ਇਸ ਬੇਲੇ ਜਦੋਂ ਬੱਚਾ ਅਡੋਲਸੈਂਸ ਪੀਰੀਅਡ ਦੇ ਵਿੱਚ ਆ ਅਧਿਆਪਕ ਦੀ ਜ਼ਿੰਮੇਵਾਰੀ, ਮਾਪਿਆਂ ਦੀ ਜ਼ਿੰਮੇਵਾਰੀ ਬਹੁਤ ਮਹੱਤਵਪੂਰਨ ਹੋ ਜਾਂਦੀ ਆ ਕਿ ਉਹ ਖਿਆਲ ਰੱਖਣ। ਹੂੰ ਉਹਨੂੰ ਆਪਣੀ ਨਿਗਾਚ ਰੱਖਣ ਕਿਹਨਾਂ ਦੇ ਨਾਲ ਜਾਂਦਾ ਆਉਂਦਾ ਆ, ਕਿਹਨਾਂ ਨਾਲ ਬੈਠਦਾ ਉੱਠਦਾ ਆ। ਤੇ ਕੀ ਉਹ ਖੇਡਦਾ ਹੈ ਤੇ ਕੀ ਕਰਦਾ ਹੈ ਜੀ ਬਿਲਕੁਲ ਮਾਪਿਆਂ ਦੀ ਗੱਲ ਚੱਲੀ ਹੈ ਬੱਚਿਆਂ ਦੇ ਉੱਤੇ ਵੀ ਬਹੁਤ ਪ੍ਰਭਾਵ ਹੁੰਦਾ ਹੈ ਮਾਪਿਆਂ ਦਾ ਉਸ ਦੀ ਸੰਗਤ ਦਾ ਪ੍ਰਭਾਵ ਹੁੰਦਾ ਹੈ ਪਰ ਫਿਰ ਵੀ ਮਾਪਿਆਂ ਨੂੰ ਤੇ ਦੱਸਣਾ ਚਾਹੀਦਾ ਹੈ ਨਾ ਬੱਚਿਆਂ ਨੂੰ ਕਿ ਤੇਰਾ ਦੋਸਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜੀ ਜੀ ਬਿਲਕੁਲ ਦੋਸਤ ਹੀ ਸਭ ਕੁਝ ਹੈ ਹਮ ਕਿਉਂਕਿ ਦੋਸਤ ਨੇ ਸਾਨੂੰ ਦੇਣਾ ਦੋਸਤ ਨੇ ਸਾਨੂੰ ਬਣਾਉਣਾ ਦੋਸਤ ਨੇ ਹੀ ਸਾਨੂੰ ਟਾਉਣਾ ਜੀ ਬਣਾਉਣਾ ਤੇ ਟਾਉਣਾ ਦੋ ਹੀ ਸਾਫ਼ ਸਮਝ ਗਿਆ ਨਾ ਸੋ ਇਹ ਗੱਲਾਂ ਜਿਹੜੀਆਂ ਸਾਡੀ ਦੋਸਤੀ ਆ ਉਹ ਸਾਡੀ ਉਹਨਾਂ ਲੋਕਾਂ ਨਾਲ ਹੋਣੀ ਚਾਹੀਦੀ ਆ ਉਹਨਾਂ ਨਾਲ ਹੋਣੀ ਚਾਹੀਦੀ ਜਿਹੜੇ ਸਾਡੇ ਤੋਂ ਸਿਆਣੇ ਆ ਬਿਲਕੁਲ ਤੇ ਮਾਪਿਆਂ ਦੀ ਮੈਂ ਗੱਲ ਕਰ ਲੈਣਾ ਦੋਸਤੀ ਦੇ ਪੱਖੇ ਤੋਂ ਤੇ ਮਾਪੇ ਵੀ ਸਾਡੇ ਚੰਗੇ ਦੋਸਤ ਬਣ ਸਕਦੇ ਨੇ ਉਹ ਦੱਸ ਸਕਦੇ ਨੇ ਕਿ ਕਿਸ ਤਰ੍ਹਾਂ ਦਾ ਅਸੀਂ ਬਾਹਰ ਇਹ ਵਿਚਰਨਾ ਹੈ ਤਾਂ ਫਿਰ ਜਦੋਂ ਮਾਪਿਆਂ ਦੇ ਨਾਲ ਇੱਕ ਵਧੀਆ ਰਿਸ਼ਤਾ ਹੁੰਦਾ ਹੈ ਤਾਂ ਬੱਚੇ ਵੀ ਦੱਸਦੇ ਨੇ ਵੀ ਅੱਜ ਮੈਂ ਆ ਗੱਲ ਕੀਤੀ ਨਹੀਂ ਤੇ ਕਈ ਵਾਰੀ ਬੱਚਾ ਲੁਕਾ ਜਾਂਦਾ ਹੈ ਤਾਂ ਉਹ ਜਿਹੜਾ ਲੁਕਾਉਣ ਵਾਲੀ ਗੱਲ ਹੁੰਦੀ ਹੈ ਨਾ ਉਹ ਇੰਨੀ ਮਨ ਤੇ ਪ੍ਰਭਾਵ ਹੋ ਜਾਂਦੀ ਹੈ ਕਿ ਨੈਤਿਕ ਕਦਰਾਂ ਤੋਂ ਕੀਮਤਾਂ ਤੋਂ ਟੁੱਟ ਕੇ ਬੱਚਾ ਹੋਰ ਹੀ ਬੰਨੇ ਤੁਰ ਪੈਂਦਾ ਸ਼ੁਕਰਗੁਜ਼ਾਰ ਜੀ ਜਿਹੜੀ ਲੁਕਾਉਣ ਦੀ ਗੱਲ ਆ ਉਹ ਵੀ ਅਸੀਂ ਦੱਸੀ ਹੈ ਵੱਡਿਆਂ ਨੇ ਹਮ ਬੱਚਾ ਝੂਠ ਨਹੀਂ ਬੋਲਦਾ ਜੀ ਪਹਿਲਾ ਝੂਠ ਅਸੀਂ ਸਿਖਾਇਆ ਕਦੋਂ ਸਿਖਾਇਆ ਮੈਂ ਅੰਦਰ ਬੈਠਾ ਮੈਂ ਆਪਣੇ ਬੱਚੇ ਨੂੰ ਕਹੇ ਕਿਹਾ ਵੀ ਬਾਹਰ ਮਿਲਣ ਆਇਆ ਕਹਦੇ ਡੈਡੀ ਘਰ ਨਹੀਂ ਡੈਡੀ ਘਰ ਨਹੀਂ ਕਿਹੜਾ ਸਾਬਕ ਸਿਖਾਤਾ ਉਹਨੂੰ ਝੂਠ ਦਾ ਝੂਠ ਬੋਲਣਾ ਸਾਬਕ ਅਸੀਂ ਸਿਖਾਇਆ ਨਾ ਇਸ ਕਰਕੇ ਜ਼ਿੰਮੇ ਹੁਣ ਅਸੀਂ ਦੋਸ਼ੀ ਬੱਚਿਆਂ ਨੂੰ ਕਹਿਨੇ ਆ ਨੌਜਵਾਨਾਂ ਨੂੰ ਕਹਿਨੇ ਆ ਦੋਸ਼ੀ ਕੌਣ ਆ ਅਸੀਂ ਵੱਡੇ ਬਿਲਕੁਲ ਜਿਨ੍ਹਾਂ ਹੀ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ ਲੋੜ ਸਾਨੂੰ ਜ਼ਿੰਮੇਵਾਰੀ ਨਿਭਾਣ ਦੀ ਆ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਸੰਗਤ ਦਾ ਅਸਰ ਮਿੱਤਰਾਂ ਦੋਸਤਾਂ ਦਾ ਅਸਰ ਪਰਿਵਾਰ ਦਾ ਅਸਰ ਇਹ ਪੈਣਾ ਪੈਣਾ ਆ ਤੇ ਪਰਿਵਾਰ ਨੂੰ ਹੀ ਦੂਜਾ ਕੀ ਆ ਜਹਾਨੀ ਬਣਦੀ ਗੱਲ ਜਿਹੜਾ ਬੱਚਾ ਆ ਨਾ ਜਿਸhle ਬੱਚੇ ਨੂੰ ਅਸੀਂ ਹਦਾਇਤ ਕਰਦੇ ਆ ਉਹ ਕਹਿੰਦਾ ਲੋੜ ਨਹੀਂ ਉਹ ਸੁਣਦਾ ਨਹੀਂ ਜਦੋਂ ਅਸੀਂ ਬੱਚੇ ਨੂੰ ਆਪਣਾ ਮਿੱਤਰ ਬਣਾ ਲੈਨੇ ਆ ਹਾਂ ਉਹਦੇ ਹਾਣੀ ਬਣ ਕੇ ਗੱਲ ਕਰਦੇ ਆ ਸਮਝਦਾ ਫਿਰ ਸਮਝਦਾ ਵੀ ਹਾਂ ਹਾਂ ਇਹ ਮੇਰੀ ਗੱਲ ਕਰ ਰਿਹਾ ਕਿਉਂਕਿ ਅਸੀਂ ਉਹਦੀ ਉਮਰ 'ਚ ਆ ਜਾਂਦੇ ਹਾਂ ਜਿਹੜਾ ਟੀਚਰ ਹੈ ਟੀਚਰ ਜਿਹੜੇ ਸਿਖਾਉਂਦਾ ਹੈ ਸਾਨੂੰ ਉਹ ਉਹਦੀ ਉਮਰ 'ਚ ਆ ਕੇ ਸਿਖਾਉਂਦਾ ਤਾਂ ਬੱਚਾ ਸਿੱਖਦਾ ਜੇ ਉਹਦੇ ਵਿੱਚ ਗੈਪ ਜ਼ਿਆਦਾ ਹੈ ਨਾ ਬੱਚਾ ਸਿੱਖੂਗਾ ਨਹੀਂ ਬਿਲਕੁਲ ਤੇ ਬੱਚੇ ਨੇ ਬੇਸ਼ੱਕ ਸਮਾ ਘਰ ਦੇ ਵਿੱਚ ਬਤਾਉਣਾ ਹੈ ਉਸਨੇ ਰਹਿਣਾ ਵੀ ਹੈ ਸੋਣਾ ਵੀ ਹੈ ਜਦੋਂ ਅਸੀਂ ਪੜਦੇ ਸਾਂ ਉਦੋਂ ਸ਼ਾਇਦ ਇਹ ਹੁੰਦਾ ਸੀ ਕਿ 8 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲ ਹੁੰਦਾ ਸੀ ਤੇ ਅਸੀਂ ਛੇਤੀ ਘਰ ਆ ਜਾਂਦੇ ਹਾਂ ਪਰ ਹੁਣ ਤੇ 8 ਵਜੇ ਤੋਂ ਲੈ ਕੇ ਸ਼ਾਮੀ 4 4 5 5 ਕਿ 7 7 ਵਜੇ ਤੱਕ ਜਦੋਂ ਟਿਊਸ਼ਨਾਂ ਤੇ ਬੱਚੇ ਰਹਿੰਦੇ ਨੇ ਤੇ ਉਹ ਵਾਕਈ ਹੀ ਘਰ ਬੱਚਾ ਸੌਣ ਆਉਂਦਾ ਹੈ ਤਾਂ ਅਧਿਆਪਕ ਦਾ ਬੜਾ ਪ੍ਰਭਾਵ ਪੈਂਦਾ ਹੈ ਅਧਿਆਪਕ ਦਾ ਰੋਲ ਵੀ ਬੜੇ ਮਹਿੰਨੇ ਰੱਖਦਾ ਹੈ ਤੇ ਤੁਸੀਂ ਅਧਿਆਪਨ ਦੇ ਇਸ ਵਿਸ਼ੇ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਕਿਵੇਂ ਜੋੜਦੇ ਹੋ ਉਹਨਾਂ ਦੇ ਰੋਲ ਨੂੰ ਕਿਵੇਂ ਜੋੜਦੇ ਹੋ ਅਦੇ ਆਪਕ ਦੀ ਜੀਵਨ ਦੇ ਵਿੱਚ ਅਹਿਮ ਭੂਮਿਕਾ ਆ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਨਿੱਕੀ ਜਾਈ ਪੁਰਾਣੇ ਜ਼ਮਾਨੇ ਚ ਬਜ਼ੁਰਗਾਂ ਨੇ ਕਹਾਣੀ ਸੁਣਾਈ ਆ ਇਹੋ ਜੀ ਕਿ ਇੱਕ ਔਰਤ ਕਿਸੇ ਬਜ਼ੁਰਗ ਕੋਲ ਆਪਣੇ ਬੱਚੇ ਨੂੰ ਲੈ ਕੇ ਗਈ ਵੇ ਗੁੜ ਬਹੁ ਖਾਂਦਾ ਹਮ ਤੇ ਉਹ ਪੁਰਾਣੇ ਜ਼ਮਾਨੇ ਤੁਹਾਨੂੰ ਪਤਾ ਸੰਤਾਂ ਮਹਾਪੁਰਸ਼ਾਂ ਕੋਲ ਜਾਂਦੇ ਸੀ ਸਾਰੇ ਬਿਲਕੁਲ ਤੇ ਉਹਨਾਂ ਕੋ ਗਏ ਤੇ ਜਿਹhle ਗਏ ਤੇ ਉਹ ਬਜ਼ੁਰਗ ਜਿਹੜੇ ਬਾਬੇ ਸੀਗੇ ਉਹ ਕਹਿੰਦੇ ਬੀਬੀ ਅਗਲੇ ਐਤਵਾਰ ਆਈ ਹਮ ਉਹ ਮੁੜਈ ਅਗਲੇ ਐਤਵਾਰ ਫੇਰ ਗਈ ਫੇਰ ਉਹੀ ਗੱਲ ਕਹੀ ਵੇ ਬਾਬਾ ਜੀ ਇਹ ਬੇਟਾ ਮੇਰਾ ਗੁੜ ਬਹੁ ਖਾਂਦਾ ਵੇ ਨੂੰ ਕਰੋ ਕੁਛ ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਅਗਲੇ ਐਤਵਾਰ ਆਈ ਬੀਬੀ ਥੋੜੀ ਜੀ ਪਰੇਸ਼ਾਨ ਵੀ ਹੋਈ ਗੁੱਸਾ ਵੀ ਆਇਆ ਵੇ ਪਿਛਲੇ ਐਤਵਾਰ ਵੀ ਆਈ ਸੀ ਹੁਣ ਅਗਲੇ ਐਤਵਾਰ ਦੇ ਫੇਰ ਕਹਿਤਾ ਜੀ ਜਦੋਂ ਤੀਸਰੇ ਐਤਵਾਰ ਗਈ ਤਾਂ ਤੇ ਬਾਬਾ ਜੀ ਨੇ ਕੀ ਕੀਤਾ ਉਹ ਜਿਹੜੇ ਦੱਸਿਆ ਵੇ ਗੁੜ ਖਾਂਦਾ ਉਹਨੂੰ ਪਿਆਰ ਦੇ ਨਾਲ ਫੜਿਆ ਉਹਨੂੰ ਪਲੋਸਿਆ ਤੇ ਉਹਨੂੰ ਕਹਿੰਦੇ ਬੇਟੇ ਗੁੜ ਨਾ ਖਾਇਆ ਕਰ ਤੇ ਇਹ ਗੱਲ ਸੁਣ ਕੇ ਬੀਬੀ ਨੂੰ ਤਾਂ ਆ ਗਿਆ ਗੁੱਸਾ ਉਹ ਕਹਿੰਦੀ ਬਾਬਾ ਇਹ ਗੱਲ ਪਹਿਲੇ ਦਿਨ ਕਹਿੰਦਾ ਹੂੰ ਤੇ ਜਿਹੜੀ ਗੱਲ ਬਾਬਾ ਜੀ ਨੇ ਕਹੀ ਉਹ ਬੜੀ ਅਹਿਮ ਆ ਕਹਿੰਦੇ ਬੀਬਾ ਜਿੱਦਣ ਤੁਸੀਂ ਪਹਿਲੇ ਐਤਵਾਰ ਆਏ ਸੀ ਉਦੋਂ ਮੈਂ ਗੁੜ ਖਾਦਾ ਐ ਸੀ ਖੁਦ ਹੂੰ ਹੁਣ ਮੈਂ 15 ਦਿਨ ਗੁੜ ਨਹੀਂ ਖਾਦਾ ਨਹੀਂ ਖਾਦਾ ਹੁਣ ਮੈਂ ਇਹ ਸ਼ਬਦ ਕਹਿਣ ਦੇ ਯੋਗ ਹੋਇਆ ਕਿ ਬੇਟਾ ਗੁੜ ਨਾ ਖਾਇਆ ਕਰ ਬਿਲਕੁਲ ਸੋ ਜਿਹੜੀ ਤੁਸੀਂ ਟੀਚਰ ਦੀ ਗੱਲ ਕਰਦੇ ਆ ਹੂੰ ਪਹਿਲਾਂ ਟੀਚਰ ਨੂੰ ਆਪਣੇ ਅੰਦਰ ਉਹ ਗੁਣ ਭਰਨੇ ਪੈਣੇ ਜੋ ਅਸੀਂ ਬੱਚਿਆਂ ਨੂੰ ਦੇਣੇ ਆ ਫਿਰ ਬੱਚੇ ਨੇ ਗੁਣਵਾਨ ਬਣਨਾ ਜੇ ਮੇਰੇ ਤੌਰ ਤਰੀਕੇ ਗਲਤ ਰਹੇ ਇੱਕ ਅਧਿਆਪਕ ਹੋਣ ਦੇ ਨਾਤੇ ਤੇ ਬੱਚੇ ਮੇਰੇ ਕਿਦਾਂ ਗੁਣਵਾਨ ਬਣ ਜਾਣਗੇ ਕਿਦਾਂ ਅਸੀਂ ਉਮੀਦ ਰੱਖ ਸਕਦੇ ਆ ਬਿਲਕੁਲ ਟੀਚਿੰਗ ਇਜ਼ ਨੋਟ ਐਵਰੀਬਾਡੀਜ਼ ਕੱਪ ਆਫ ਟੀ ਹੂੰ ਟੀਚਰ ਨੂੰ ਬੱਚੇ ਦੇ ਮਾਨਸਿਕਤਾ ਨੂੰ ਪੜ੍ਹਨਾ ਪੈਣਾ ਪੜ੍ਹਨਾ ਪੈਣਾ ਬਿਲਕੁਲ ਵੀ ਬੱਚੇ ਦੇ ਮਨ ਅੰਦਰ ਹੈ ਕੀ ਉਹਨੂੰ ਅਸੀਂ ਉਜਾਗਰ ਕਿਵੇਂ ਕਰਨਾ ਬੱਚੇ ਦੀ ਸੋਚ ਕੀ ਆ ਜਿੱਦਾਂ ਮੈਂ ਪਹਿਲਾਂ ਗੱਲ ਕਰਕੇ ਆਇਆ ਵੀ ਪਹਿਲਾਂ ਹੋ ਸਕਦਾ ਬੱਚਿਆਂ ਦਾ ਨੈਗੇਟਿਵਿਟੀ ਜ਼ਿਆਦਾ ਹੋਵੇ ਹੂੰ ਉਹਦਾ ਪਰਿਵਾਰ ਦਾ ਉਹਦੇ ਅੰਦਰ 네ਗੇਟਿਵ ਪ੍ਰਭਾਵ ਹੋਵੇ ਜੀ ਉਹਨੂੰ ਅਸੀਂ ਵਾਤਾਵਰਣ ਦੇ ਕੇ ਉਸ ਪ੍ਰਭਾਵ ਨੂੰ ਖਤਮ ਕਰਨਾ ਤੇ ਪੋਜ਼ਿਟਿਵ ਸਿਰਜਣਾ ਜੀ ਇਹ ਅਧਿਆਪਕਾਂ ਦੀ ਗੱਲ ਚੱਲਦੀ ਹੈ ਸਕੂਲਾਂ ਦੀ ਗੱਲ ਚੱਲਦੀ ਹੈ ਇੱਕ ਵਿਸ਼ਾ ਵੈਲਕਮ ਲਾਈਫ ਸਾਡੇ ਸਟੱਡੀ ਸਿਸਟਮ ਦੇ ਵਿੱਚ ਆਇਆ ਸੀ ਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੱਸਣੀਆਂ ਬੱਚਿਆਂ ਨੂੰ ਜੀਵਨ ਜੀਣ ਦਾ ਢੰਗ ਦੱਸਣਾ ਉਹ ਵੈਲਕਮ ਲਾਈਫ ਵਿਸ਼ੇ ਨੇ ਕਾਫੀ ਕੁਝ ਬੱਚਿਆਂ ਨੂੰ ਵੀ ਦੱਸਿਆ ਪਰ ਫਿਰ ਵੀ ਸ਼ਾਇਦ ਜਾਗਰੂਕਤਾ ਕਰਕੇ ਉਹ ਵਿਸ਼ਾ ਕਿਤੇ ਨਾ ਕਿਤੇ ਦੱਬਿਆ ਹੈ ਤੁਸੀਂ ਉਸ ਵਿਸ਼ੇ ਬਾਰੇ ਸਾਨੂੰ ਨਹੀਂ ਵਿਸ਼ਾ ਉਹ ਸ਼ੁਕਰਗੁਜ਼ਾਰੀ ਚੱਲ ਰਿਹਾ ਅੱਛਾ ਜੀ ਪਿਛਲੇ ਸਾਲਾਂ ਦੇ ਵਿੱਚ ਲਾਗੂ ਕੀਤਾ ਉਹ ਤੇ ਉਹ ਮੇਰੇ ਖਿਆਲ ਦੇ ਜਿਹੜੀ ਮੇਰੀ ਨਿਜੀ رائے ਆ ਉਹਦੇ ਬਾਰੇ ਇਹ ਆ ਵੀ ਦੇਖੋ ਅਸੀਂ ਬੱਚਿਆਂ ਨਾਲ ਨਾ ਅਨਿਆ ਕਰ ਰਹੇ ਹੂੰ ਸਿਲੇਬਸ ਦਾ ਬੋਝ ਇੱਕ ਪਾਸੇ ਅਸੀਂ ਕਹਿੰਦੇ ਵੀ ਬੱਚੇ ਨੂੰ ਮਨੋਵਿਗਿਆਨਕ ਤੌਰ ਤੇ ਪੜਾਉਣਾ ਆ ਜੀ ਬੱਚੇ ਦਾ ਸਿਲੇਬਸ ਘਟਾਉਣਾ ਆ ਲੇਕਿਨ ਅਸੀਂ ਉਹਦੇ ਬਸਤੇ ਦਾ ਬੋਝ ਪਾਰਾ ਕਹੀ ਜਾ ਰਹੇ ਆ ਜੀ ਜੀ ਤੇ ਅੱਜ ਜਿਹੜਾ 7ਵੀਂ 8ਵੀਂ ਚ ਬੱਚਾ ਪੜਦਾ ਉਹ 10 ਵਿਸ਼ੇ ਪੜ ਰਿਹਾ ਪੜ ਠੀਕ ਹੈ ਜੀ ਤੇ ਉਸ ਕਰਕੇ ਸਮੱਸਿਆ ਕੀ ਹੈ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਦੀ ਆਪਾਂ ਗੱਲ ਉਹ ਵੈਲਕਮ ਲਾਈਫ ਚ ਕੀਤੀ ਹੈ ਬਹੁਤ ਵਧੀਆ ਹੈ ਉਹ ਹਰੇਕ ਕਲਾਸ ਨੂੰ ਅਸੀਂ ਲਾਤਾਂ ਜੀ ਉਹਦੇ ਨਾਲ ਕੀ ਹੈ ਬੱਚੇ ਦਾ ਮਾਨਸਿਕ ਬੋਝ ਵਧਿਆ ਜਦ ਕਿ ਲੋਡ ਸੀ ਘਟਾਉਣ ਦੀ ਘਟਾਉਣ ਦੀ ਉਹ ਕਿਦਾਂ ਘਟਣਾ ਸੀਗਾ ਜਿਹੜਾ ਸਾਡਾ ਸਿਲੇਬਸ ਚੱਲ ਰਿਹਾ ਪੰਜਾਬੀ ਹਿੰਦੀ ਅੰਗਰੇਜ਼ੀ ਸਾਰਾ ਕੁਝ ਉਹਦੇ ਵਿੱਚ ਚੱਲ ਰਿਹਾ ਉਹਦੇ ਵਿੱਚ ਇਹੋ ਜਿਹੀਆਂ ਰਚਨਾਵਾਂ ਇਹੋ ਜਿਹੇ ਗੀਤ ਇਹੋ ਜਿਹੇ ਕਹਾਣੀਆਂ ਇਹੋ ਜਿਹੀਆਂ ਕਵਿਤਾਵਾਂ ਅਸੀਂ ਸ਼ਾਮਲ ਕਰ ਸਕਦੇ ਆ ਜਿਹੜੀਆਂ ਸਾਨੂੰ ਨੈਤਿਕਤਾ ਸਿਖਾਉਂਦੀਆਂ ਲੋਡ ਸਿਲੇਬਸ ਨੂੰ ਵਿਚਾਰ ਕੇ ਮੂਡ ਨਿਰਧਾਰਤ ਕਰਨ ਦੀ ਆ ਤਾਂ ਕਿ ਬੱਚਾ ਕੁਦਰਤੀ ਸੁਭਾਵਿਕ ਤੌਰ ਤੇ ਜਿਹੜੀਆਂ ਉਹ ਗੱਲਾਂ ਪੜ੍ਹਦਾ ਹੈ ਉਹਨੂੰ ਆਪਣੇ ਜੀਵਨ ਚ ਅਪਣਾਵੇ ਜੀ ਬਿਲਕੁਲ ਗੱਲ ਕੀ ਆ ਫਰਕ ਕੀ ਆ ਸਾਡੀ ਸਮੱਸਿਆ ਕੀ ਆ ਸਾਡੀ ਸਾਰਿਆਂ ਦੀ ਸਮੱਸਿਆ ਆ ਵੀ ਅਸੀਂ ਪੜ੍ਹ ਕੇ ਡਿਗਰੀਆਂ ਲੈ ਰਹੇ ਆ ਜੀ ਕਲਾਸਾਂ ਪਾਸ ਕਰ ਰਹੇ ਆ ਜੋ ਪੜ੍ਹਿਆ ਉਹਨੂੰ ਪ੍ਰੈਕਟੀਕਲ ਨਹੀਂ ਕਰ ਰਹੇ ਪ੍ਰੈਕਟੀਕਲ ਨਹੀਂ ਕਰਦੇ ਜਿੱਦਾਂ ਮੈਂ ਬਾਬੇ ਦੀ ਕਹਾਣੀ ਸੁਣਾਈ ਨਾ ਇਦਾਂ ਹੀ ਲੇ ਕਹਾਣੀਆਂ ਅਸੀਂ ਬਹੁਤ ਪੜ੍ਹਦੇ ਆ ਬਿਲਕੁਲ ਪਰ ਉਹ ਤੋਂ ਸਿੱਖਦੇ ਨਹੀਂ ਹੂੰ ਜੇ ਕੁਝ ਸਿੱਖਨੇ ਤਾਂ ਉਹਨੂੰ ਅਪਣਾਉਂਦੇ ਨਹੀਂ ਜੀਵਨ ਚ ਅਪਣਾਉਂਦੇ ਲੋੜ ਤਾਂ ਇਹ ਕਦਰਾਂ ਕੀਮਤਾਂ ਨੂੰ ਜੋ ਸਾਨੂੰ ਸਿਖਾਇਆ ਸਾਡੇ ਵੱਡਿਆਂ ਨੇ ਸਿਖਾਇਆ ਕਿਤਾਬਾਂ ਨੇ ਸਿਖਾਇਆ ਗ੍ਰੰਥਾਂ ਨੇ ਸਿਖਾਇਆ ਉਹਨਾਂ ਨੂੰ ਜੀਵਨ ਚ ਅਪਣਾਉਣ ਦੀ ਆ ਜੀ ਅਪਣਾਵਾਂਗੇ ਤਾਂ ਕਾਮਯਾਬ ਹੋਵਾਂਗੇ ਬਿਲਕੁਲ ਜੀ ਤੇ ਅੱਜ ਦੇ ਦੌਰ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਬੱਚਿਆਂ ਦੇ ਹੱਥ ਵਿੱਚ ਵੀ ਮੋਬਾਈਲ ਹੈ ਮਾਪਿਆਂ ਦੇ ਹੱਥ ਵਿੱਚ ਵੀ ਮੋਬਾਈਲ ਹੈ ਜੀ ਸੋਸ਼ਲ ਮੀਡੀਆ ਸਾਡੇ ਤੇ ਬਹੁਤ ਹਾਵੀ ਹੋਇਆ ਪਿਆ ਹੈ ਹਾਂਜੀ ਸੋਸ਼ਲ ਮੀਡੀਆ ਦੇ ਨਾਲ ਨਾਲ ਜੇ ਮੈਂ ਮੀਡੀਆ ਦੀ ਗੱਲ ਕਰਾਂ ਤਾਂ ਮੀਡੀਆ ਵੀ ਲਗਾਤਾਰ ਹਰੇਕ ਵਰਗ ਨੂੰ ਨਾਲ ਜੋੜ ਕੇ ਬੈਠਾ ਹੈ ਨੈਤਿਕਤਾ طرح ਕੀਮਤਾਂ ਦੇ ਸੰਦਰਭ ਤੋਂ ਬੱਚਿਆਂ ਦੀ ਜੀਵਨੀ ਦੇ ਸੰਦਰਭ ਤੋਂ ਸੋਸ਼ਲ ਮੀਡੀਆ ਤੇ ਮੀਡੀਆ ਨੂੰ ਤੁਸੀਂ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ ਕਿ ਇਹਨਾਂ ਦਾ ਰੋਲ ਕਿਸ ਤਰ੍ਹਾਂ ਦਾ ਹੈ ਜਾਂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸ਼ੁਕਰੀਆ ਜੀ ਮੈਂ ਸ਼ੁਰੂ ਵਿੱਚ ਗੱਲ ਕੀਤੀ ਹੈ ਦੇਖੋ ਜਿਹੜਾ ਮੀਡੀਆ ਹੈ ਨਾ ਲੋਕਤੰਤਰ ਦਾ ਚੌਥਾ ਥੰਮ ਬਿਲਕੁਲ ਚੌਥੇ ਥੰਮ ਨੇ ਆਪਣੀ ਭੂਮਿਕਾ ਕਿੰਨੀ ਕੁ ਸਾਰਥਕ ਨਿਭਾਈ ਆ ਇਹ ਵਿਚਾਰਨ ਵਾਲਾ ਵਿਸ਼ਾ ਹੈ ਹੁਣ ਅੱਜ ਹਜ਼ਾਰਾਂ ਹੀ ਚੈਨਲ ਚੱਲ ਰਹੇ ਨੇ ਬਿਲਕੁਲ ਤੇ ਸਾਨੂੰ ਜੋ ਲੋਡ ਆ ਸਮਾਜ ਨੂੰ ਜੋ ਸਾਡੇ ਬੱਚਿਆਂ ਨੂੰ ਲੋੜ ਆ ਸਾਡੇ ਦੇਸ਼ ਕੌਮ ਨੂੰ ਲੋੜ ਆ ਉਹ ਦੂਰਦਰਸ਼ਨ ਦੇ ਰਿਹਾ ਹੂੰ ਤੇ ਬਾਕੀ ਜਿਹੜਾ ਇੰਨਾ ਖਲਾਰਾ ਪਿਆ ਆ ਤੇ ਉਹ ਕੀ ਦੇ ਰਿਹਾ ਹੂੰ ਸੋ ਅੱਜ ਜਿਹੜਾ ਮਨੋਰੰਜਨ ਦਾ ਪੱਧਰ ਜਾਣਕਾਰੀ ਦਾ ਪੱਧਰ ਤੇ ਹਰ ਚੀਜ਼ ਦਾ ਪੱਧਰ ਗਿਰ ਗਿਆ ਜੀ ਗਿਰਨ ਦਾ ਕਾਰਨ ਕੀ ਆ ਸਾਡੇ ਚੋਂ ਨੈਤਿਕਤਾ ਖਤਮ ਹੋ ਗਈ ਖਤਮ ਹੋ ਗਈ ਚਾਹੇ ਸਾਡੇ ਬੱਚੇ ਨੇ ਚਾਹੇ ਸਾਡੇ ਆਫੀਸਰ ਨੇ ਚਾਹੇ ਸਾਡੇ ਕਮਾਂਡਰ ਨੇ ਚਾਹੇ ਸਾਡੇ ਲੀਡਰ ਨੇ ਸਾਰਿਆਂ ਚੋਂ ਨੈਤਿਕਤਾ ਖਤਮ ਹੋਈ ਆ ਇਸੇ ਕਰਕੇ ਹੀ ਦੇਸ਼ ਦੇ ਵਿੱਚ ਨਿਗਾਰ ਆ ਜੀ ਜੀ ਇਹ ਵਿਚਾਰਨ ਦੀ ਘੜੀ ਆ ਕਿ ਸਾਡੇ ਬੱਚੇ ਸਾਡੇ ਨੌਜਵਾਨ ਕਿਸ ਦਿਸ਼ਾ ਵੱਲ ਜਾ ਰਹੇ ਨੇ ਦਿਸ਼ਾ ਵੱਲ ਜਾ ਰਹੇ ਕੀ ਵਰਤਾਰਾ ਵਾਪਰ ਰਿਹਾ ਇਹ ਜਿਹੜੀਆਂ ਦੁਖਦਾਈ ਘਟਨਾਵਾਂ ਘਟ ਰਹੀਆਂ ਨੇ ਇਹ ਸਾਨੂੰ ਸੁਚੇਤ ਕਰਦੀਆਂ ਆ ਚੁਕੰਨੇ ਕਰਦੀਆਂ ਆ ਸਾਰਿਆਂ ਨੂੰ ਇਕੱਲੇ ਮਾਪਿਆਂ ਨੂੰ ਨਹੀਂ ਅਧਿਆਪਕਾਂ ਨੂੰ ਨਹੀਂ ਲੀਡਰਾਂ ਨੂੰ ਨਹੀਂ ਸਭ ਨੂੰ ਜਿੱਥੇ ਵੀ ਬੰਦਾ ਬੈਠਾ ਉਹਦੀ ਇੱਕ ਜ਼ਿੰਮੇਵਾਰੀ ਬਣਦੀ ਆ ਮੀਡੀਆ ਤੇ ਸੋਸ਼ਲ ਮੀਡੀਆ ਕੀ ਰੋਲ ਅਦਾ ਕਰ ਸਕਦਾ ਹੈ ਦੇਖੋ ਐਸ ਵੇਲੇ ਪ੍ਰਭਾਵੇ ਸਾਰਾ ਇਹਨਾਂ ਦਾ ਆ ਜਿਹੜਾ ਮੀਡੀਆ ਆ ਉਹਨੂੰ ਸਹੀ ਭੂਮਿਕਾ ਸਹੀ ਗੱਲਾਂ ਸਹੀ ਮੈਸੇਜ ਜਿਹੜਾ ਪ੍ਰਚਾਰਿਤ ਕਰਨਾ ਚਾਹੀਦਾ ਜੀ ਸੋਸ਼ਲ ਮੀਡੀਆ ਤੇ ਦੇਖੋ ਕੋਈ ਉਹਦੀ ਅ ਵਿਸ਼ਵਾਸਯੋਗਤਾ ਹੈ ਤੁਸੀਂ ਕੋਈ ਗੱਲ ਪਾਤੀ ਆ ਜੀ ਉਹ ਸੱਚੀ ਆ ਝੂਠੀ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਨੂੰ ਪਤਾ ਨਹੀਂ ਹੁਣ ਦੂਰਦਰਸ਼ਨ ਤੋਂ ਖਬਰ ਆ ਰਹੀ ਆ ਉਹਦਾ ਜ਼ਿੰਮੇਵਾਰੀ ਹੈ ਇਸ ਕਰਕੇ ਜਿਹੜੀ ਜਨਤਾ ਦੇ ਵਿੱਚ ਗੱਲ ਜਾ ਰਹੀ ਆ ਜੋ ਮੈਸੇਜ ਆ ਰਹੇ ਨੇ ਉਹ ਸੱਚ ਝੂਠ ਦਾ ਨਾਟਕਾ ਨਹੀਂ ਹੋ ਰਿਹਾ ਜਿਹੜਾ ਬੱਚਾ ਆ ਬੱਚਾ ਪਸਲ ਹੋਇਆ ਫਿਰਦਾ ਬਿਲਕੁਲ ਉਹ ਝੂਠ ਦੀ ਲੜਫੜ ਕੇ ਤੁਰ ਪਿਆ ਤੁਰ ਪਿਆ ਤੇ ਉਹ ਕਿੱਥੇ ਜਾਏਗਾ ਜੀ ਬਿਲਕੁਲ ਸੋ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਆ ਇਹਨੂੰ ਅਸੀਂ ਛੁਡਲਾ ਨਹੀਂ ਸਕਦੇ ਲੇਕਿਨ ਮੀਡੀਏ ਨੂੰ ਸੁਚੇਤ ਹੋ ਕੇ ਕੰਮ ਕਰਨ ਦੀ ਲੋੜ ਆ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਆ ਆਪਣੀ ਭਰੋਸੇਯੋਗਤਾ ਕਾਇਮ ਕਰਨ ਦੀ ਲੋੜ ਆ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਬੱਚਿਆਂ ਵਿੱਚ ਕਰਨਾ ਹੈ ਜੀ ਬਚਪਨ ਵਧੀਆ ਬਣਾਉਣਾ ਹੈ ਜਵਾਨੀ ਤੇ ਉਸ ਦਾ ਅਗਲਾ ਦੌਰ ਵਧੀਆ ਬਣੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਸੰਦਰਭ ਨੂੰ ਮੈਂ ਲੈ ਕੇ ਚੱਲਦਾ ਹਾਂ ਕਿਉਂਕਿ ਬੱਚੇ ਮੋਬਾਈਲਾਂ ਦੇ ਨਾਲ ਜੁੜੇ ਨੇ ਬੱਚੇ ਹਰੇਕ ਜੋ ਆਨਲਾਈਨ ਚੈਨਲ ਚੱਲਦੇ ਪਏ ਨੇ ਉਹਨਾਂ ਦੇ ਨਾਲ ਜੁੜੇ ਨੇ ਸੋਸ਼ਲ ਮੀਡੀਆ ਦੇ ਰੋਲ ਬਾਰੇ ਦੱਸੋ ਸਭ ਦੇਖੋ ਜਿੱਥੇ ਵੀ ਬੰਦਾ ਜਿਹੜਾ ਵੀ ਇਸ ਮੀਡੀਆ 'ਚ ਕੰਮ ਕਰ ਰਿਹਾ ਨਾ ਚਾਹੇ ਤੁਸੀਂ ਬੈਠੇ ਮੈਂ ਬੈਠਾਂ ਕੋਈ ਹੋਰ ਬੰਦਾ ਕੰਮ ਕਰ ਰਿਹਾ ਨਾ ਉਹਦੀ ਜ਼ਿੰਮੇਵਾਰੀ ਆ ਇਹ ਬੱਚੇ ਸਾਡੇ ਨੇ ਇਹ ਦੇਸ਼ ਸਾਡਾ ਆ ਇਹ ਲੋਕ ਸਾਡੇ ਨੇ ਅਸੀਂ ਇਹਨਾਂ ਲੋਕਾਂ ਨੂੰ ਨਰੋਏ ਕਰਨਾ ਆ ਸੁਚੇਤ ਕਰਨਾ ਆ ਸਮਰਥ ਕਰਨਾ ਆ ਅਸੀਂ ਬੱਚਿਆਂ ਨੂੰ ਰੋਬੋਟ ਨਹੀਂ ਬਣਾਉਣਾ ਅਸੀਂ ਕੱਲੇ ਡਾਕਟਰ ਇੰਜੀਨੀਅਰ ਜਾਂ ਆਫੀਸਰ ਨਹੀਂ ਬਣਾਉਣੇ ਪਹਿਲਾਂ ਅਸੀਂ ਇਨਸਾਨ ਬਣਾਉਣੇ ਇਨਸਾਨ ਬਣਾਉਣ ਵਾਸਤੇ ਇਨਸਾਨੀ ਕਦਰਾਂ-ਕੀਮਤਾਂ ਜਿਨ੍ਹਾਂ ਨੂੰ ਤੁਸੀਂ ਨੈਤਿਕ ਕਦਰਾਂ-ਕੀਮਤਾਂ ਕਹਿੰਦੇ ਆ ਉਹਨਾਂ ਦਾ ਪ੍ਰਚਾਰ ਪ੍ਰਸਾਰ ਚਾਹੇ ਕਿਤਾਬੀ ਰੂਪ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਦੇ ਰੂਪ ਚਾਹੇ ਤਾਂ ਜਿਹਨੂੰ ਤੁਸੀਂ ਸੋਸ਼ਲ ਮੀਡੀਆ ਕਹਿੰਦੇ ਏਸ ਮੀਡੀਆ ਦੇ ਰੂਪ ਚਾਹੇ ਹਰ ਥਾਂ ਤੇ ਹਰ ਢੰਗ ਦੇ ਨਾਲ ਇਹਦਾ ਪ੍ਰਚਾਰ ਪ੍ਰਸਾਰ ਅੱਜ ਦੇ ਸਮੇਂ ਚ ਬਹੁਤ ਲੋੜੀਂਦਾ ਆ ਔਰ ਮੈਂ ਇਹ ਵੀ ਗੱਲ ਕਹਾਗਾ ਵੀ ਸੋਸ਼ਲ ਮੀਡੀਏ ਤੇ ਜਿਹੜੀ ਇੱਕ ਲਸ਼ਮਣ ਰੇਖਾ ਆ ਉਹ ਵੀ ਹੋਣੀ ਜ਼ਰੂਰੀ ਆ ਜੀ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਹੈ ਲਸ਼ਮਣ ਰੇਖਾ ਜ਼ਰੂਰੀ ਆ ਜਸਤੇ ਵਿੱਚ ਇੱਕ ਦਾਇਰਾ ਬਣ ਜੇ ਵੀ ਇਹੋ ਜੀਆਂ ਚੀਜ਼ਾਂ ਹੀ ਪੋਸਟ ਹੋਣੀਆਂ ਚਾਹੀਦੀਆਂ ਨੇ ਤਾਂ ਆਦੀ ਬੱਚਿਆਂ ਨੂੰ ਵਧੀਆ ਹੀ ਰਾਹ ਦੱਸ ਸਕਦੇ ਹਾਂ ਤੇ ਸਾਡੇ ਬੱਚਿਆਂ ਨੂੰ ਨਖਾਰਨਾ ਚਾਹੀਦਾ ਹੈ ਬੱਚਿਆਂ ਦੇ ਬਚਪਨ ਨੂੰ ਨਖਾਰਨਾ ਚਾਹੀਦਾ ਹੈ ਤਾਂ ਜ਼ਿੰਦਗੀ ਦਾ ਅਗਲਾ ਦੌਰ ਬਣੇਗਾ ਪਰ ਇਸ ਵਕਤ ਕੀ ਮਹਿਸੂਸ ਹੁੰਦਾ ਹੈ ਕਿ ਬੱਚਾ ਜਾਂ ਸਾਡੇ ਘਰ ਦੇ ਵਿੱਚ ਜੇ ਮੋਬਾਈਲ ਯੂਜ਼ ਹੋ ਰਿਹਾ ਹੈ ਤਾਂ ਅਸੀਂ ਦੂਰ ਤੱਕ ਗੁੱਡ ਮਾਰਨਿੰਗ ਗੁੱਡ ਨਾਈਟ ਤੇ ਮੈਸੇਜ ਤੇ ਭੇਜ ਰਹੇ ਹਾਂ ਪਰ ਘਰ ਵਿੱਚ ਜੇ ਬਜ਼ੁਰਗ ਬੈਠੇ ਨੇ ਮਾਪੇ ਬੈਠੇ ਨੇ ਸ਼ਾਇਦ ਅਸੀਂ ਉਹਨਾਂ ਨੂੰ ਨਹੀਂ ਪੁੱਛ ਰਹੇ ਤੇ ਕਿਤੇ ਨਾ ਕਿਤੇ ਸਤਿਕਾਰ ਦੀ ਭਾਵਨਾ ਵੀ ਘਟੀ ਹੈ ਕਿਤੇ ਨਾ ਕਿਤੇ ਜੇ ਮਾਪੇ ਕੁਝ ਦੱਸਦੇ ਨੇ ਤੇ ਬੱਚੇ ਨਹੀਂ ਮੰਨਦੇ ਸਹਿਨਸ਼ੀਲਤਾ ਦੀ ਭਾਵਨਾ ਵੀ ਘਟੀ ਹੈ ਤੁਸੀਂ ਇਸ ਨੂੰ ਕਿਦਾਂ ਲੈਂਦੇ ਉਹੀ ਗੱਲ ਮੈਂ ਕੀਤੀ ਹੈ ਨਾ ਵੀ ਜਿਹੜੀ ਇੱਕ ਗੀਤ ਦਾ ਬੋਲ ਆ ਬਜ਼ੁਰਗਾਂ ਦਾ ਕਰਾਂ ਸਤਕਾਰ ਬੇਲੀਆ ਰਾਜ-ਰਾਜ ਮਿਲਦਾ ਪਿਆਰ ਬੇਲੀਆ ਪਿਆਰ ਬੇਲੀਆ ਦੇਖੋ ਜਿੰਨਾ ਅਸੀਂ ਬਜ਼ੁਰਗਾਂ ਦੇ ਨੇੜੇ ਰਹਾਂਗੇ ਹਮ ਜਿੰਨਾ ਅਸੀਂ ਕੁਦਰਤ ਦੇ ਨੇੜੇ ਰਹਾਂਗੇ ਹਮ ਉਹਨੇ ਇਨਸਾਨੀਅਤ ਦੇ ਨੇੜੇ ਰਹਾਂਗੇ ਜੀ ਬਿਲਕੁਲ ਕੁਦਰਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਬਿਲਕੁਲ ਇਦਾਂ ਹੀ ਸਾਡੇ ਬਜ਼ੁਰਗ ਕੁਦਰਤ ਦਾ ਇੱਕ ਰੂਪ ਆ ਹਮ ਉਹ ਜਿਹੜੀ ਦੇਖੋ ਜਦੋਂ ਤੁਸੀਂ ਸੰਯੁਕਤ ਪਰਿਵਾਰ ਦੀ ਗੱਲ ਕੀਤੀ ਆ ਪਰਿਵਾਰ ਦਾ ਇੱਕ ਹੈੱਡ ਹੁੰਦਾ ਸੀ ਤੇ ਉਹਦੀ ਹੀ ਸਾਰੇ ਗੱਲ ਮੰਨਦੇ ਸੀ ਉਹਦੇ ਮੁਤਾਬਕ ਸਾਰਾ ਪਰਿਵਾਰ ਚੱਲਦਾ ਸੀ ਲੇਕਿਨ ਅੱਜ ਸਾਰੇ ਹੈੱਡ ਆ ਇੱਥੇ ਸਮੱਸਿਆ ਖੜੀ ਹੋ ਗਈ ਹੈ ਤੇ ਹੁਣ ਜੋ ਲੋਡ ਆ ਸਾਨੂੰ ਬਜ਼ੁਰਗਾਂ ਦੇ ਕੋਲ ਜਾਣਾ ਪੈਣਾ ਚੰਗੀਆਂ ਕਿਤਾਬਾਂ ਕੋਲ ਜਾਣਾ ਪੈਣਾ ਚੰਗੇ ਮੀਡੀਏ ਨੂੰ ਚੁਣਨਾ ਪੈਣਾ ਤੇ ਫੇਰ ਜਾ ਕੇ ਬੱਚਿਆਂ ਨੂੰ ਅੱਗੇ ਤੋਰ ਹੋਣਾ ਆ ਜਿਹੜੀਆਂ ਨੈਤਿਕਤਾ ਦਾ ਸੰਚਾਰ ਤੇ ਪ੍ਰਸਾਰ ਵਾ ਉਹ ਚ ਸਕੂਲ ਦਾ ਬਹੁਤ ਵੱਡਾ ਯੋਗਦਾਨ ਆ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਆ ਸਾਡੇ ਸਮਾਜ ਦਾ ਦੇਖੋ ਸਮਾਜ ਦੇ ਵਿੱਚ ਕੋਈ ਘਟਨਾ ਕੱਢਦੀ ਆ ਬੱਚਾ ਟੀਵੀ ਤੇ ਦੇਖ ਰਿਹਾ ਜਾਂ ਅਖਬਾਰ ਚ ਪੜ੍ਹ ਰਿਹਾ ਉਹਦੇ ਮਨ ਤੇ ਅਸਰ ਪੈ ਰਿਹਾ ਪਰ ਹੁਣ ਉਹ ਗੱਲਾਂ ਉਹਦੇ ਮਨ ਨੂੰ ਪ੍ਰਭਾਵਿਤ ਕਰ ਰਹੀਆਂ ਅਸੀਂ ਉਹਨਾਂ ਦੇ ਪ੍ਰਭਾਵ ਨੂੰ ਪੋਜ਼ਿਟਿਵ ਕਰਨਾ ਬਿਲਕੁਲ ਜੀ ਪੋਜ਼ਿਟਿਵ ਤੇ ਕਰਨਾ ਸਕਾਰਾਤਮਕ ਸੋਚ ਹੋਵੇਗੀ ਤਾਂ ਸਮਾਜ ਆਪੇ ਹੀ ਚੰਗਾ ਹੋਵੇਗਾ ਜੀ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਨਾ ਬਹੁਤ ਜ਼ਰੂਰੀ ਹੈ ਇਸ ਵਿਸ਼ੇ ਦੇ ਸੰਦਰਭ ਲਈ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਚਾਹੇ ਗਰਾਉਂਡ ਲੈਵਲ ਤੇ ਹੋਵੇ ਤੇ ਚਾਹੇ ਉੱਚੇ ਲੈਵਲ ਤੇ ਹੋਵੇ ਕਿਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਇਸ ਵਿਸ਼ਿਆ ਸੰਬੰਧੀ ਸਕੂਲ ਤੋਂ ਲੈ ਕੇ ਕਾਲਜਾਂ ਤੋਂ ਲੈ ਕੇ ਯੂਨੀਵਰਸਿਟੀਆਂ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਜਾਗਰੂਕਤਾ ਹੋਣੀ ਚਾਹੀਦੀ ਦੇਖੋ ਹਰ ਪੱਧਰ ਤੇ ਹਰ ਸਟੇਜ ਤੇ ਪਹਿਲਾਂ ਸਾਡਾ ਸਕੂਲ ਬਹੁਤ ਵੱਡਾ ਮੰਚ ਆ ਸਕੂਲ ਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਆਂ ਹੁੰਦੀਆਂ ਇਦਾਂ ਦੀਆਂ ਜੀ ਗੱਲ ਇਹ ਆ ਵੀ ਜੀਵਨ ਦੇ ਵਿੱਚ ਅਸੀਂ ਉਹਨਾਂ ਨੂੰ ਅਪਣਾਉਂਦੇ ਆ ਅਸੀਂ ਨਾਟਕ ਕੀਤਾ ਗੀਤ ਗਾਇਆ ਕੋਰੀਓਗ੍ਰਾਫੀ ਕੀਤੀ ਉਹਨੂੰ ਅਸੀਂ ਸਿਰਫ ਤੇ ਸਿਰਫ ਪੇਸ਼ਕਾਰੀ ਤੱਕ ਸੀਮਿਤ ਕਰ ਦਿੱਤਾ ਪੇਸ਼ਕਾਰੀ ਦੇ ਵਿੱਚ ਕੀ ਸੀਗਾ ਉਹਨੇ ਕਿਹਾ ਕੀ ਗਿਆ ਉਹਨੂੰ ਅਸੀਂ ਆਪਣੇ ਮਨ 'ਚ ਬਿસા ਕੇ ਜੀਵਨ 'ਚ ਤੋਰਨਾ ਲੋਡ ਇਸ ਕਰਦੀ ਆ ਜਿੰਨੇ ਵੀ ਸਮਾਜਿਕ ਤੌਰ ਤੇ ਮੰਚ ਬਣੇ ਹੋਏ ਨੇ ਜਾਗਰਤੀ ਮੰਚ ਬਣੇ ਹੋਏ ਨੇ ਕਲੱਬ ਬਣੇ ਹੋਏ ਨੇ ਵੱਡੇ ਵੱਡੇ ਸਾਡੇ ਕੋਲ ਸੈਂਟਰ ਗਵਰਨਮੈਂਟ ਦਾ ਅਧਾਰ ਆਇਆ ਨਹਿਰੂ ਜਵਾ ਕੇਂਦਰ ਅਧਾਰ ਆਇਆ ਪੰਜਾਬ ਗਵਰਨਮੈਂਟ ਦਾ ਯੂਥ ਸਰਵਿਸ ਡਿਪਾਰਟਮੈਂਟ ਆ ਇਹ ਵੱਡੇ ਵੱਡੇ ਕੰਮ ਨੌਜਵਾਨਾਂ ਵਾਸਤੇ ਬੱਚਿਆਂ ਵਾਸਤੇ ਕਰ ਸਕਦੇ ਐਜੂਕੇਸ਼ਨ ਡਿਪਾਰਟਮੈਂਟ ਸਕੂਲਾਂ 'ਚ ਕੰਮ ਕਰ ਰਿਹਾ ਤੇ ਨੌਜਵਾਨਾਂ ਲਈ ਨਹਿਰੂ ਜਵਾ ਕੇਂਦਰ ਤੇ ਯੂਥ ਸਰਵਿਸ ਪੰਜਾਬ ਕੰਮ ਕਰ ਰਿਹਾ ਇਹਨਾਂ ਦਾ ਬੜਾ ਸਕੋਪ ਆ ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਦੇ ਕਲੱਬ ਹੈਗੇ ਆ ਉਹ ਕਲੱਬਾਂ ਦੇ ਨਾਲ ਜੋੜ ਕੇ ਪਿੰਡਾਂ ਦੇ ਵਿੱਚ ਡਰਾਮੇ ਸੁਭਾਵਾ ਵਿਚਾਰ ਚਰਚਾ ਇਦਾਂ ਦੇ अनेका ਪ੍ਰੋਗਰਾਮ ਲੀਕ ਕੇ ਜਾ ਸਕਦੇ ਆ ਜਿਨ੍ਹਾਂ ਵਿੱਚ ਬੱਚੇ ਭਾਗ ਲੈਣ ਔਰ ਬੱਚਿਆਂ ਦੇ ਜੀਵਨ ਜਿਹੜੇ ਬੱਚੇ ਇਹ ਉਹਨਾਂ ਦੇ ਅਧਿਆਪਕਾਂ ਤੋਂ ਸਕੂਲਾਂ ਦੇ ਮੁਖੀਆਂ ਤੋਂ ਆਪਾਂ ਜਾਣਕਾਰੀ ਲਈਏ ਬਈ ਭਾਈ ਤੁਹਾਡੇ ਸਕੂਲ ਚ ਤੁਸੀਂ ਮੰਨ ਲਓ ਇੱਕ ਬਲੌਕ ਚ ਅਸੀਂ 100 ਸਕੂਲ ਹੈਗਾ 100 ਸਕੂਲ ਦਾ 100 ਬੱਚਾ ਲੈਣਾ ਆਪਾਂ ਬਈ ਤੁਸੀਂ ਸਕੂਲ ਹੈਡ ਦੇਣਗੇ ਇੱਕ ਇੱਕ ਬੱਚਾ ਚੁਣ ਕੇ ਉਹਨਾਂ ਬੱਚਿਆਂ ਦਾ ਇੱਕ ਕੈਂਪ ਲਾਇਆ ਜਾਵੇ ਉਹਨਾਂ ਬੱਚਿਆਂ ਨੂੰ ਅੱਗੇ ਤੋਰਨ ਲਈ ਗੁਣਾ ਨੂੰ ਨੁਮਾਇੰਦੇ ਬਣਾ ਕੇ ਯੂਥ ਆਗੂ ਬਣਾ ਕੇ ਜਾਂ ਬਾਲ ਆਗੂ ਬਣਾ ਕੇ ਹੋ ਸਕੂਲਾਂ 'ਚ ਭੇਜਿਆ ਜਾਵੇ ਤਾਂ ਕਿ ਉਹ ਇਹਨਾਂ ਗੱਲਾਂ ਨੂੰ ਅੱਗੇ ਤੋਰਨ। ਨਾਲੇ ਨਾਲੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਨਾਲੇ ਵੱਖ-ਵੱਖ ਸੱਭਿਆਚਾਰਾਂ ਦਾ ਵੀ ਪਤਾ ਲੱਗਦਾ ਹੈ। ਸਭਿਆਚਾਰ ਦਾ ਵੀ ਨਾਲੇ ਪ੍ਰਸਾਰ ਹੁੰਦਾ ਹੈ। ਹਨਾ ਜੀ ਤੇ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕਿਵੇਂ ਕੀਤਾ ਜਾਇਆ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕੀਤੀ। ਮਾਪਿਆਂ ਦੇ ਰੋਲ ਦੀ ਗੱਲਬਾਤ ਕੀਤੀ ਤੇ ਅਧਿਆਪਕਾਂ ਦੀ ਗੱਲਬਾਤ ਹੋਈ। ਸਮਾਜ ਦੀ ਗੱਲਬਾਤ ਹੋਈ। ਜੀ ਬਲਜਿੰਦਰ ਮਾਨ ਜੀ ਫਿਰ ਵੀ ਜਾਂਦੇ ਜਾਂਦੇ ਅਸੀਂ ਚਾਹੁੰਦੇ ਹਾਂ ਕਿ ਕੋਈ ਸੁਨੇਹਾ ਦੋ। ਕਿਸ ਸਮਾਜ ਚੰਗਾ ਬਣੇ ਸ਼ੁਗਰ ਗਿਜਾਰ ਜੀ ਦੇਖੋ ਜਿਵੇਂ ਕਿ ਪਹਿਲਾਂ ਆਪਾਂ ਗੱਲਾਂ ਕੀਤੀਆਂ ਆ ਸਮਾਜ ਨੂੰ ਚੰਗਾ ਬਣਾਉਣ ਲਈ ਮੈਂ ਲੋਕਾਂ ਨੂੰ ਕਹਿੰਦਾ ਫਿਰਾਂ ਚੰਗੇ ਬਣੋ ਮੈਂ ਚੰਗਾ ਬਣਾ ਜੀ ਮੇਤੋਂ ਸ਼ੁਰੂ ਹੋਣੀ ਗੱਲ ਜੀ ਸੋ ਚੰਗਾ ਬਣਾਉਣ ਲਈ ਕਹਿਣ ਦੀ ਲੋੜ ਨਹੀਂ ਕਰਨ ਦੀ ਲੋੜ ਆ ਜਿੱਥੇ ਵੀ ਕੋਈ ਬੈਠਾ ਮੈਂ ਖੁਦ ਕੋਸ਼ਿਸ਼ ਕਰਦਾ ਵੀ ਮੈਂ ਚੰਗੀਆਂ ਗੱਲਾਂ ਕਰਾਂ ਚੰਗੇ ਮੈਸੇਜ ਦੇਵਾਂ ਜੀ ਬਿਲਕੁਲ ਚੰਗੀ ਸਮਾਜ ਦੇ ਵਿੱਚ ਚੰਗੀ ਗੱਲ ਕਰੀ ਕੀਤੀ ਜਾਵੇ ਉਹਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਜੀ ਜੀ ਜਦੋਂ ਅਸੀਂ ਚੰਗੇ ਖੁਦ ਬਣਾਂਗੇ ਸਾਡਾ ਆਲਾ ਦੋਲਾ ਆਪਣੇ ਆਪ ਚੰਗਾ ਬਣਦਾ ਜਾਏਗਾ ਜੀ ਜੀ ਜੇ ਇੱਕ ਬੰਦਾ ਚੰਗਾ ਬਣੇਗਾ ਤੇ ਇੱਕ ਪਰਿਵਾਰ ਚੰਗਾ ਬਣ ਜਾਏਗਾ ਇੱਕ ਪਰਿਵਾਰ ਚੰਗਾ ਬਣੇਗਾ ਤੇ ਗੁਆਂਢ ਚੰਗਾ ਬਣ ਜਾਏਗਾ ਗੁਆਂਢ ਚੰਗਾ ਬਣੂਗਾ ਇੱਕ ਪਿੰਡ ਚੰਗਾ ਬਣ ਜਾਏਗਾ ਇਦਾਂ ਹੀ ਸਾਡਾ ਵਾਦਾ ਹੁੰਦਾ ਜਾਏਗਾ ਸੋ ਮੈਂ ਤਾਂ ਇਹੀ ਬੇਨਤੀ ਕਰਾਂਗਾ ਵੀ ਸਾਰਿਆਂ ਨੂੰ ਖਾਸ ਤੌਰ ਤੇ ਬੱਚਿਆਂ ਦੇ ਉਹਨਾਂ ਦੇ ਮਾਪਿਆਂ ਨੂੰ ਤੇ ਅਧਿਆਪਕਾਂ ਨੂੰ ਵੀ ਬੱਚਿਆਂ ਨੂੰ ਉਚੇਰੀਆਂ ਕਦਰਾਂ ਕੀਮਤਾਂ ਨਾਲ ਜੋੜੋ ਪਹਿਲਾਂ ਖੁਦ ਜੋੜੋ ਬਿਲਕੁਲ ਬਿਲਕੁਲ ਫਿਰ ਉਹ ਜੋ ਪੜ੍ਹਦੇ ਸੁਣਦੇ ਆ ਚੰਗੀਆਂ ਕਿਤਾਬਾਂ ਦੇ ਵੋ ਚੰਗੇ ਰਸਾਲੇ ਦੇ ਵੋ ਤਾਂ ਕਿਆਂ ਕਿ ਨਰੋਈਆਂ ਕਦਰਾਂ ਕੀਮਤਾਂ ਨਰੋਈ ਸੋਚ ਹੋਵੇ ਉਹਨਾਂ ਦੀ ਨਿੱਗਰ ਸੋਚ ਹੋਵੇ ਜਿਹਦੇ ਨਾਲ ਉਹ ਆਦਰਸ਼ ਇਨਸਾਨ ਬਣ ਆਦਰਸ਼ ਨਾਗਰਿਕ ਬਣ ਬਿਲਕੁਲ ਜੀ ਆਓ ਦੋਸਤੋ ਆਪਾਂ ਰਲ ਕੇ ਇੱਕ ਐਸਾ ਸਮਾਜ ਸਿਰਜੀਏ ਜਿਸ ਵਿੱਚ ਮੁਹੱਬਤ ਹੋਵੇ ਜਿਸ ਵਿੱਚ ਸਾਂਝ ਹੋਵੇ ਜਿਸ ਵਿੱਚ ਪਿਆਰ ਹੋਵੇ ਤੇ ਜਿਸ ਵਿੱਚ ਨੈਤਿਕ ਕਦਰਾਂ ਕੀਮਤਾਂ ਹੋਣ ਤਾਂ ਜੋ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਈਆਂ ਜਾਣ ਬੱਚਿਆਂ ਦਾ ਬਚਪਨ ਵਧੀਆ ਨਿਕਲੇ ਫਿਰ ਜਵਾਨੀ ਵਧੀਆ ਨਿਕਲੇ ਤੇ ਫਿਰ ਅਗਲੇਰੀ ਦੌਰ ਤੇ ਵਿੱਚ ਉਹ ਵੀ ਕਹਿਣ ਕਿ ਅਸੀਂ ਜ਼ਿੰਦਗੀ ਦਾ ਆਨੰਦ ਮਾਣਿਆ ਹੈ ਮਾਨ ਸਾਹਿਬ ਤੁਸੀਂ ਸਟੂਡੀਓ ਵਿੱਚ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ